ਕਿਵੇਂ ਰਹਿਣਾ? ਉਹ ਠੀਕ ਆ ਭਾਈ, ਤੂੰ ਦੱਸ ਕਿਵੇਂ ਆ? ਕਾਹਦੀ ਤੂੰ ਸਰਪੰਚੀ ਲੈਲੀ, ਸਾਰਾ ਦਿਨ ਖੇਤ ਹੀ ਰਹਿੰਦਾ ਕੋਈ ਖੇਤ ਗੱਲ ਸੁਣਦਾ ਮੇਰੀ? ਸਰਪੰਚੀ ਦਾ ਸਰਪੰਚੀ ਨਾ ਰਹੇਗੀ, ਜਿਹੜਾ ਆਪਦਾ ਖੇਤ ਦਾ ਨਜ਼ਾਰਾ, ਖੇਤ ਦੀ ਬਾਹ ਹੈ, ਨਾਲੇ ਆਪਦਾ ਖੇਤ ਗੇੜਾ, ਨਾਲੇ ਬਾਈ ਹੱਥ ਗੈਰ ਬੰਦਾ ਨੀ ਆਉਂਦਾ, ਹਾਂ ਉਹ ਤਾਂ ਵੀ ਬੰਦਾ ਹੈ ਕਿ ਮਤਲਬ ਖੇੜੇ ਪਸੂ ਆ ਜੇ ਤਾਂ ਜ਼ਿਆਦਾ ਗੇੜੇ ਵੱਜ ਜਾਂਦੇ ਨੇ, ਨਾਲੇ ਕਿਹੜਾ ਦੂਰ ਹੈ, ਜਿੰਨੇ ਚਿਰ ਸੱਤ ਕੰਨੀ ਜਾਵਾਂਗੇ ਕਿਸੇ ਦੀ ਗੱਲ ਸੁਣਾਂਗੇ, ਕਿਸੇ ਨੂੰ ਸੁਣਾਵਾਂਗੇ, ਸਹੀ ਆ। ਕੋਈ ਵਿੱਚੋਂ ਗੱਲ ਤੈਨੂੰ ਪਤਾ ਰੁੱਖੀ ਕਹੀ ਜਾਂਦੀ ਹੈ, ਅੱਜ ਕੱਲ੍ਹ ਟਾਈਮ ਹੈ ਨੀ, ਕੋਈ ਅੱਗੇ ਤਾਂ ਮੰਨਦਾ ਲੱਚੀ ਫਿਰ ਚੁੱਪ ਕਰ ਜਾਂਦਾ, ਐਵੇਂ ਕਿਸੇ ਨਾਲ ਬੁਰੇ ਭਲੇ ਪਾਵਾਂਗੇ, ਕੀ ਲੋੜ ਹੈ, ਆਪਦੇ ਖੇਤ ਗੇੜਾ ਮਾਰਦੇ ਹਾਂ, ਨਾਲੇ ਆਪਦੇ ਖੇਤ ਦੀ ਰੱਖ। ਚੱਲ ਤਾਂ ਮੈਂ ਤੇਰੇ ਕੋਲੇ ਕੰਮ ਆਇਆ ਸੀ। ਕੰਮ ਦੱਸ ਕੋਈ, ਤੁਹਾਡੇ ਕੰਮ ਹੀ ਨੀ ਲੋਟਾਂਦੇ ਮੇਰੇ ਤੋਂ, ਨਾ ਉਹ ਕੋਈ ਕੰਮ ਕਿਹੜੇ ਕੰਮ? ਦਾ ਹੁਣ ਤੂੰ ਕਹਿਣਾ ਵੀ ਲਿਆਓ ਮਾਂ ਨੂੰ, ਹੁਣ ਬਸ ਉਹ ਰਹਿ ਜੀ ਕਰਨਾ ਇਸ ਤਰ੍ਹਾਂ ਨਾਲ। ਤੇ ਕੱਲ ਹੈਪੀ ਕਿਤੇ ਗਿਆ ਸੀ ਮੰਡੀ, ਅੱਛਾ, ਤੇ ਉਹਨੇ ਦੇਖ ਲਿਆ ਤੇ ਆਪਣੀ ਕੁੜੀ ਫਿਰਦੀ ਸੀ ਕਚਹਿਰੀਆਂ 'ਚ ਕਿ ਨਾਂ ਨੂੰ ਕਰਾਉਂਦੀ ਫਿਰਦੀ ਹੈ ਜ਼ਮੀਨ। ਅੱਛਾ, ਹਾਂ ਜਦੋਂ ਤੂੰ ਮੇਰੇ ਕੋਲ ਜਾ ਕੇ ਆਇਆ, ਉਦੋਂ ਬਾਅਦ ਕਿਤੇ ਆਇਆ ਸੀ ਮੇਰੇ ਕੋਲ, ਫਿਰ ਉਹ ਗੱਲ ਛੇੜ ਲਈ ਮੈਂ ਕਿ ਭਾਈ ਜਦੋਂ ਗੱਲ ਵਿਗੜ ਗਈ ਹੋ ਸਕਦਾ ਇਸ ਤੇ ਗੱਲ ਦਾ ਹੁਣ ਕੀ ਹੋਇਆ? ਹੈਪੀ ਕਹਿੰਦਾ ਵੀ ਕੀ ਕਰੀਏ, ਮੈਂ ਤੁਹਾਨੂੰ ਐ ਰਹਿ ਦਿੱਤੀ ਵੀ ਮਾਂ ਤਾਂ ਉਹਨਾਂ ਦੇ ਪਿੱਛੇ ਲੱਗ ਕੇ ਗਈ ਹੈ, ਖਬਰਾਂ ਕੀ ਸਿਖਾਇਆ ਉਹਨਾਂ ਨੇ ਵੀ। ਉਹ ਕਹਿੰਦਾ ਤੂੰ ਲਿਆ ਮਾਂ ਨੂੰ ਫਿਰ, ਮੈਂ ਐਂ ਤਾਂ ਜਾਣ ਦਾ ਕੋਈ ਫਾਇਦਾ ਨਹੀਂ, ਕਿਤੇ ਮੂੰਹ ਨਾਲ ਇਲਜ਼ਾਮ ਲਾ ਦੇਣਾ, ਕਿਉਂ ਮੈਂ ਤੇਰੀ ਰਾਏ ਲੈਣਾ ਹੈ ਵੀ ਕਿਵੇਂ ਕਰੀਏ। ਇਲਜ਼ਾਮ ਤਾਂ ਖਰਕਾ ਦਾ ਲਾਉਣਗੇ, ਹੈਂ ਕੋਈ ਉਹਦਾ ਕਿਹੜਾ ਹੋ ਰਿਹਾ, ਪਰ ਉਹ ਰਾਏ ਤਾਂ ਮੇਰੀ ਲੈ, ਤੈਨੂੰ ਦੱਸਦਾ ਵੀ ਜਿਹੜਾ ਕਚਹਿਰੀ ਵਾਲਾ ਕੰਮ ਹੈ ਇਹ ਤਾਂ ਉਹ ਮੁੰਡਾ ਰੂਪ ਦਾ ਮੇਰੇ ਲਈ ਹਜੇ ਜਿੰਦਾ ਉੱਥੇ ਲੱਗਿਆ ਵਕੀਲ ਹੈ, ਅੱਛਾ ਉਹਦੀ ਰਾਏ ਲੈ ਲਾਂਗੇ ਆਪਾਂ, ਉਹ ਅੱਛਾ ਕੋਈ ਮਾੜੀ ਰਾਏ ਨਹੀਂ ਦਿੰਦਾ, ਨਾ ਮਾੜੇ ਕੰਮ ਪਾਸੇ ਜਾਵੇ, ਠੀਕ ਹੈ। ਬਾਕੀ ਲਿਆਉਣ ਦੀ ਗੱਲ ਭਾਈ ਬਾਕੀ ਰਹਿ ਗਈ, ਜੇ ਤੈਨੂੰ ਐਂ ਲੱਗਦਾ ਇਕੱਲੇ ਤੋਂ ਵੀ ਮੈਂ ਜਾਵਾਂ, ਕੀ ਗੱਲਬਾਤ ਉਹਨੂੰ ਕੀ ਹੋਣਾ, ਮੈਂ ਤੇਰੇ ਨਾਲ ਬਗ ਜਾ, ਇਹ ਵੀ ਕੋਈ ਤੁਹਾਡੇ ਵਾਸਤੇ ਕੋਈ ਮੇਰਾ ਕੋਈ ਜਵਾਬ ਨਹੀਂ ਗਾ, ਠੀਕ ਹੈ ਵੀ ਸਾਰਿਆਂ ਨੂੰ ਵਧੀਆ ਗੱਲ, ਇਹ ਵੀ ਚੰਗੀ ਗੱਲ ਹੈ ਜੇ ਤੁਸੀਂ ਬੁੜੀ ਨੂੰ ਬਰਿਆਤ ਲੈ ਕੇ, ਮੈਂ ਤਾਂ ਕਿ ਤੁਹਾਨੂੰ ਉਦੀ ਗੱਲ ਕਰੀ ਸੀ ਵੀ ਭਾਈ ਬੁੜੀ ਨੂੰ ਤੁਸੀਂ ਲਿਆਓ। ਉਹ ਤਾਂ ਐਂ ਆ ਤਾਇਆ, ਹੁਣ ਜਦੋਂ ਪਹਿਲਾਂ ਰੌਲਾ ਪਿਆ ਸੀ ਉਹ ਤਾਂ ਸਾਥੋਂ ਮਾਫੀਆਂ ਮੰਗੀਆਂ ਭਾਈ ਮੇਰੇ ਤੋਂ ਗਲਤੀ ਹੋ ਗਈ, ਤੇ ਜਦੋਂ ਪ੍ਰਾਹੁਣਾ ਆ ਗਿਆ ਉਹਨੇ ਪਤਾ ਨਹੀਂ ਕੀ ਪੱਟੀ ਪੜਾਈ ਆ ਕਿ ਮੈਨੂੰ ਲੈ ਕੇ ਝੋਲਾ ਨਾਲ ਹੀ ਤੁਰ ਗਈ। ਓਏ ਇਹ ਜਿਹੜਾ ਬੁੜੀਆਂ ਹੁੰਦੀਆਂ ਨਾ ਇਹਨਾਂ ਦੇ ਦਿਮਾਗ ਛੋਟੇ ਹੁੰਦੇ, ਤੁਰਤ ਦੀ ਸੋਚਦੀਆਂ ਹੁੰਦੀਆਂ ਨਾ, ਹਾਂ ਜਿਵੇਂ ਮਾੜੀ ਮੋਟੀ ਜੇ ਕੋਈ ਪ੍ਰਾਹੁਣਾ ਦੇ ਮਨ 'ਚ ਬੇਈਮਾਨਾ ਹੋਊਗਾ ਗੱਲਬਾਤ, ਪੜ੍ਹਾਤੀ ਹੋਊਗੀ, ਐਂ ਐਂ ਬਾਹ, ਉਹ ਉਵੇਂ ਇੱਕ ਰੀ ਮਗਰ ਲਾ ਕੇ ਗੱਲ ਉਹ ਤੁਰ ਗਈ ਹੋਊਗੀ, ਹੋਰ ਸਹੀ ਕੀ ਗੱਲ ਹੈ, ਗੱਲਾਂ ਸਹੀ ਗੱਲ। ਹੁੰਦੀਆਂ ਇਹਨਾਂ ਦਾ ਕੀ ਹੁੰਦਾ ਹੈ, ਬਾਕੀ ਜੋ ਵੱਡੀ ਉਮਰ ਦਾ ਬੰਦਾ ਹੋ ਜੇ ਉਹ ਜਵਾਕਾਂ ਵਰਗਾ ਹੋ ਜਾਂਦਾ, ਜਿਹੜੇ ਪਾਸੇ ਨੂੰ ਮਰਜ਼ੀ ਲੈ ਜਾ ਉਹਨੂੰ। ਤੇ ਤੂੰ ਫਿਰ ਜਿੰਦੇ ਨੂੰ ਕਰ ਲਈ ਰਿਹਾ ਫਿਰ, ਹੈ ਆਪਾਂ ਦੇਖ ਲਾਂਗੇ। ਅਰੇ ਜਰੈਗਾ ਨੂੰ ਕਿ ਮੈਂ ਉਹਦੇ ਕੋਲ ਜਾਉਂਗਾ, ਹੱਥ ਨੇ ਉਹ ਤੂੰ ਐਂ ਪੁੱਛੀ ਵੀ ਐਂ ਕਰਕੇ ਵੀ ਸਾਡੀ ਕੁੜੀ ਇਹਨਾਂ ਦੀ ਵੀ ਆਈ ਸੀ ਇੱਥੇ ਕੀ ਕਰਦੀ ਫਿਰ, ਹਾਂ ਉਹ ਤਾਂ ਕਮਾਈ ਹੋਵੇ। ਸਾਰਾ ਕਚਹਿਰੀਆਂ ਚ ਉਹਨਾਂ ਦੇ ਨਾਂ ਹੀ ਕੋਈ ਗਈ ਹੋਈ, ਕਿਸੇ ਕੋ ਹੋਰ ਗਈ ਹੋਊ ਵਕੀਲ ਕੋਲੇ, ਆਵੇ ਜਿਹਨਾਂ ਦੀ ਬਣਦੀ ਹੁੰਦੀ ਆ ਵਕੀਲਾਂ ਦੀ। ਤਾਂ ਹੁਣ ਤੂੰ ਐਂ ਦੇਖ ਵੀ ਜਿਹੜੀ ਹੈਪੀ ਦੇ ਨਾਂ ਹੈ ਜਾਂ ਮੇਰੇ ਨਾਂ ਹੈ ਵੀ ਉਹ ਤਾਂ ਕਿਵੇਂ ਲਵਾ ਸਕਦੀ ਆ ਉਹ, ਹੈ ਵੀ ਮਾਂ ਭਾਵੇਂ ਲਵਾ ਦੇ ਉਹਦੇ ਨਾਲ ਦੇ ਹਿੱਸੇ ਦੀ, ਐਂ ਹੋ ਸਕਦਾ ਕੋਈ? ਯਾਰ ਭਾਈ ਇਹਦੇ ਬਾਰੇ ਮੈਂ ਤੈਨੂੰ ਕੀ ਕਹਿ ਦਿਆਂ, ਕੋਈ ਕੀ ਹੈ ਕੁਦਰਤ ਤੋਂ ਕੋਈ ਗੱਲ ਦਾ ਕੋਈ ਹੋਰ ਕਾਨੂੰਨ ਬਣ ਗਏ ਆਣ, ਕੋਈ ਗੱਲਬਾਤ ਹੋਵੇ ਵੀ ਬੁੜੀ ਨੇ ਲਿਖਿਆ ਦੇ ਵੱਧ ਮੈਨੂੰ ਰੋਟੀ ਦੇ ਉਹ ਨਹੀਂ ਦਿੰਦੇ, ਗੱਲਾਂ ਜਿਹੀਆਂ ਸੁਣਦੇ ਤਾਂ ਹੁੰਦੇ ਵੀ ਮਾਂ ਪਿਓ ਜਦੋਂ ਮਰਜ਼ੀ ਜ਼ਮੀਨ ਚਲਾ ਸਕਦਾ, ਸਹੀ ਗੱਲ ਹੈ। ਪਰ ਗੱਲ ਕਾ ਤੁਹਾਡੇ ਨਾਲ ਤਾਂ ਤੇਰੇ ਪਿਓ ਦਾ ਹਿੱਸਾ ਨਾਲ ਚੜੀ ਹੋਊਗਾ, ਨਹੀਂ ਬੁੜੀ ਨੇ ਕਿਹਾ ਤੁਹਾਡੇ ਨਾਲ ਲਵਾਈ ਹੋਊ, ਨਹੀਂ ਲਵਾਈ ਨਹੀਂ, ਬਸ ਫਿਰ ਉਹ ਵੀ ਸਹੀ ਜਿਹੜਾ ਹੋ ਇਹਦੇ ਨਾਲ ਚੜ ਗਿਆ ਤੁਹਾਡੇ ਨਾਲ ਚੜ ਗਿਆ ਵੀ ਉਹ ਤਾਂ ਆਖਰ ਟੁੱਟਣੀ ਚਾਹੀਦੀ ਗੱਲ, ਉਹ ਵੀ ਵਿੱਚ ਰਹਿ ਲੈ ਲਾਂਗੇ ਆਪਾਂ, ਕੋਈ ਮਾਰ ਰਹਿ ਲਈ ਚੰਗਾ ਸਾਰੀ, ਫਿਰ ਹਾਂ ਸਾਰੀ ਰਹਿ ਲੈ ਤੇ ਫਿਰ ਅਸੀਂ ਜਾ ਆਵਾਂਗੇ, ਦੇਖ ਲਿਓ ਤੈਨੂੰ ਲੈ ਜਾਵਾਂਗੇ ਨਾਲ ਅਸੀਂ, ਹੈ ਮੈਂ ਵਗ ਜੂੰਗਾ ਨਾਲ, ਕੋਈ ਗੱਲ ਨਹੀਂ, ਜੇ ਤੁਸੀਂ ਦੋਵਾਂ ਨੇ ਜਾਣਾ ਤੁਸੀਂ ਵਗ ਜਾਓ, ਜੇ ਤੁਹਾਨੂੰ ਕੋਈ ਐਂ ਡਰ ਹੈ ਤਾਂ ਮੈਂ ਨਾਲ ਵਗ ਜੂੰਗਾ। ਉਹ ਹੈਪੀ ਦਾ ਕਹਿੰਦਾ ਮੈਂ ਕੀ ਕਰੂੰਗਾ, ਮੈਂ ਗੁੱਸਾ ਗਾਸਾ ਆ ਜਾਂਦਾ ਕਹੇ ਉੱਥੇ ਪ੍ਰਾਹੁਣੇ ਨਾਲ ਜਫ ਜਫੀ ਹੋ ਗਏ ਫਿਰ ਗਲਤ ਹੋ ਜੂਗਾ ਕੰਮ। ਨਹੀਂ ਨਹੀਂ ਫੇਰ ਤਾਂ ਨਾ ਜਾਣ ਦਾ ਫਾਇਦਾ ਕੀ ਹੈ, ਜੇ ਤੁਸੀਂ ਲੜਾਈ ਕਰਨੀ ਫਿਰ ਤੁਸੀਂ ਜਾਣਦੇ ਕੀ ਫਾਇਦਾ, ਨਹੀਂ ਆਪਾਂ ਤਾਂ ਨਹੀਂ ਮੂਹਰੋਂ ਨਹੀਂ ਨਾ ਪਤਾ ਹੁੰਦਾ ਉਹਦੇ, ਲੜਨ ਦਾ ਕੋਈ ਫਾਇਦਾ ਨਹੀਂ, ਨਾ ਹੀ ਲੜੀਏ,
ਨਾ ਲੜਨ ਵਾਲੀਆਂ ਗੱਲਾਂ, ਨਾ ਹੀ ਲੜੇ ਤੋਂ ਕਹਾਣੀਆਂ ਹੁੰਦੀਆਂ ਨੇ ਸਹੀ ਰੋਟ, ਗੱਲ ਹੈ, ਸਹੀ ਗੱਲ। ਠੀਕ ਹੈ ਨਾ, ਅਤੇ ਤੁਸੀਂ ਚੁੱਪ ਕਰਕੇ ਆਪਦਾ ਇਹ ਕੰਮ ਕਰੋ ਪਹਿਲਾਂ, ਉਦੋਂ ਦਾ ਜੱਸ ਨੇ ਵਿੜਕ ਲੈ ਲੈਣੇ। ਚੱਲ ਚੰਗਾ ਫਿਰ ਤਾਇਆ, ਫਿਰ ਦੇਖਦੇ ਹਾਂ ਕੀ ਬਣਦਾ ਹੈ। ਬਸ ਟਾਈਮ ਕੀ ਹੋ ਗਿਆ? ਟਾਈਮ ਤਾਂ ਦੇਖਦਾ ਕੀ ਹੋ ਗਿਆ, 2:45 ਹੋ ਗਏ। ਅੱਛਾ, 2:45 ਹੋ ਗਏ। ਚੱਲ ਕੋਈ, ਮੈਂ ਵੀ ਘਰ ਕਰਨੀ ਜਾਂਦਾ, ਚਾਹ ਪਾਣੀ ਪੀਵਾਂਗਾ ਹੁਣ। ਅੱਛਾ ਚੱਲ ਤੂੰ ਪੀ ਤੇ ਚਾਹ ਪਾਣੀ, ਫਿਰ ਮੈਂ ਦੱਸਦਾ ਹੈਪੀ ਨੂੰ ਜਾ ਕੇ ਫਿਰ ਵੀ ਹਾਂ, ਸਾਹਿਬ ਤਾਂ ਇਹ ਤੂੰ ਕਹਿੰਦੇ ਸੀ 10 ਵਜੇ ਜਾਣਾ ਸਵੇਰੇ ਆ ਕਿ ਅੱਜ ਹੀ ਜਾਣਾ। ਆਪਾਂ ਸਵੇਰੇ ਦੇਖਾਂਗੇ ਫਿਰ, ਅੱਜ ਦਾ ਕੀ ਫਾਇਦਾ ਜਾਣ ਦਾ। ਹਾਂ ਜਾ ਉੱਥੋਂ, ਬਾਕੀ ਮੈਂ ਪੁੱਛਦਾ ਉਹਨੂੰ ਕੀ ਲੱਭੋ ਕਹਿੰਦਾ, ਕਹਿੰਦਾ ਨਹੀਂ ਹੱਥ ਨੇ ਜਾ ਆਵਾਂਗੇ, ਹੋਰ ਕੀ ਆ। ਅੱਜ ਹੱਥ ਨੇ ਤਾਂ ਭਾਈ ਤੂੰ ਵਿੜਕ ਲੈ ਲੈਣੇ ਮੁੰਡੇ ਤੋਂ। ਚੱਲ ਤੂੰ ਵਿੜਕ ਲੈ, ਹੈ ਨਾ, ਮੈਂ ਉਹਨੇ ਵੀ ਦੱਸਦਾ ਕਿਵੇਂ ਗੱਲਬਾਤ ਹੋਈ ਆ, ਕੀ ਕਰੀਏ, ਹਾਂ ਇਹ ਤੋਂ ਲੈ ਕੇ ਵਿੜਕ ਮੁੰਡੇ ਤੋਂ ਹੱਥ ਨੇ, ਤੇ ਫਿਰ ਆਪਾਂ ਤੜਕੇ ਜਾ ਆਵਾਂਗੇ, ਸਹੀ ਗੱਲ, ਜਾ ਕੇ ਲਿਆ ਆਵਾਂਗੇ ਬਸ। ਚੱਲ ਕੀ ਆ, ਚੰਗਾ ਤਾਇਆ ਫਿਰ। ਚੱਲ ਠੀਕ ਆ, ਚੰਗਾ। ਉਦੋਂ ਤਾਂ ਗੱਲ ਨਹੀਂ ਵਿਚਾਰ ਦੀ, ਹੁਣ ਜਦੋਂ ਪੂਛ ਨੂੰ ਅੱਗ ਲੱਗਦੀ ਹੈ ਉਦੋਂ ਭੱਜ ਲੈਂਦੇ ਤਾਏ ਕੋਲੇ। ਤਾਇਆ ਵੀ ਤਾਏ ਨਾ ਕਿ ਹੁਣ ਤਾਈ ਦੀ ਇੱਥੇ ਤੇਰੀ ਦੀ ਜ਼ਿਆਦੇ ਉਹ ਹੈ ਵੀ ਮੇਰੇ ਆਖੇ ਤੋਂ ਲੱਗੂਗੀ ਹੁਣ, ਜੇ ਤੁਸੀਂ ਘਰੋਂ ਕੱਢਤੀ। ਹੁਣ ਵਾਲਾ ਦੂਜਾ ਬਗਾਨਾ ਤਾਂ ਘਰੋਂ ਕੱਢੀ ਦੱਸਦਾ, ਉਹ ਐਂ ਕਦੋਂ ਕਹਿਣਗੇ ਵੀ ਆਮ ਹਰੀ ਗੱਲ ਸੁਣ ਕੇ ਉਹਨਾਂ ਆਈ ਹੈ, ਉਹਨਾਂ ਦਾ ਘਰੋਂ ਕੱਢੀ ਹੈ ਕੀ ਯਾਰ। ਚਲ ਆਪਾਂ ਨੂੰ ਤਾਂ ਜਾਣਾ ਹੀ ਪਊਗਾ, ਊਂ ਮੱਥੇ ਲੱਗਦੇ ਨੇ ਕੀ ਇਹਦੇ ਗੱਲਾਂ ਹੁੰਦਾ। ਕਿਸੇ ਦਾ ਘਰ ਬਸ ਜੀ ਭੈਣ ਵਰਗ ਯਾਦ ਦੇ, ਮੈਨੂੰ ਮਾੜੀ ਨਾ ਕਰ ਕਿਸੇ ਦੀ, ਪਰਮਾਤਮਾ ਦੇਖਦਾ ਉੱਥੇ ਜੇ ਕੋਈ ਚੰਗਾ ਕੋਈ ਮਾੜਾ ਹੋਣਾ ਇਹਨਾਂ ਦਾ ਹੋਣਾ, ਚੰਗਾ ਹੋਣਾ ਤਾਂ ਵੀ ਇਹਨਾਂ ਦਾ ਹੋਣਾ, ਜੇ ਨਾ ਕੋਈ ਗੱਲ ਮੰਨੀ ਮਾੜਾ ਹੋਣਾ ਤਾਂ ਵੀ ਇਹਨਾਂ ਦਾ ਹੋਣਾ। ਆਪਾਂ ਕਿਉਂ ਮਾਣ ਤੋੜ ਇਹਨਾਂ ਦਾ, ਮੂੰਹ ਮੱਥੇ ਲੱਗਦੇ ਨੇ ਬਾਕੀ ਜਵਾਕ ਚ ਮੰਨਦੇ ਨੇ। ਚੱਲ ਮੈਨੂੰ ਆਪਾਂ ਜਾ ਹੀ ਆ, 2 ਘੰਟੇ ਕੋਈ ਨਾ ਜੋ ਜਿੰਦੇ ਤੋਂ ਰਹਿ ਲੈਣੇ ਉਹਨੂੰ ਪੁੱਛ ਲੈਂਦੇ ਵੀ ਕੀ ਗੱਲਬਾਤ ਹੁੰਦੀ ਹੈ। ਚੱਲ ਆ ਮੱਕੀ ਜੀ ਵੀ ਟਾਈਮ ਤੇ ਵਜਾਈ ਗਈ, ਨਹੀਂ ਜੇ ਲੇਟ ਹੋ ਜਾਂਦਾ ਇਹਦਾ ਸੁੱਕ ਜਾਣਾ ਸੀਗਾ ਪਾਣੀ। ਚੱਲ ਐਂ ਆ ਵਧੀਆ ਸਮਾਂ ਦੀ, ਹੁਣ ਸਾਰਿਆਂ ਤੋਂ ਗੇਤੀ ਆਪਣੇ ਕੋਲੇ ਹੋ ਜੂਗੀ, ਬੰਦਾ ਰੱਖ ਹੀ ਰੱਖ ਲਿਆ ਕਰਾਂਗੇ 10 ਦਿਨ, ਹੋਰ ਤਾਂ ਕੀ ਹੁੰਦਾ, ਬਸ ਆਹੀ ਹੈ ਜਿਹੜਾ ਪਿੰਡ ਦੇ ਨੇੜੇ ਤੇੜੇ ਜੇ ਇਹੀ ਬੁੜੀਆਂ ਵੱਧ ਗੜੇ ਮਾਰਦੀਆਂ ਇੱਧਰ। ਚੱਲ ਐਂ ਕਰਿਆ ਕਰਾਂਗੇ, ਆਪਾਂ ਨੂੰ ਹੋਰ ਕੰਮ ਵੀ ਕੀ ਹੈ, ਆ ਕੇ ਇੱਥੇ ਬਹਿ ਜਾ ਕਰਾਂਗੇ, ਨਾਲੇ ਸਾਰਾ ਦਿਨ ਟਾਈਮ ਪਾਸ ਹੋ ਜਾ ਕਰੂ ਵਧੀਆ ਇੱਥੇ ਖੇਤ। ਖੇਤ ਆਇਆ ਤਾਂ ਬੰਦਾ ਕੋਈ ਕੰਮ ਧੰਦਾ ਕਰਦਾ ਹੀ ਹੈਗਾ, ਵਿਹਲਾ ਤਾਂ ਨਹੀਂ ਰਹਿੰਦਾ ਹੈਗਾ। ਗੱਲ ਤਾਂ ਪਰ ਜਿਹੜੀ ਸੋਚਣ ਵਾਲੀ ਹੈਗੀ ਗੱਲ ਤਾਂ ਉਹ ਹੈ, 15 ਨੇ ਮੇਰੇ ਸਾਲਿਆਂ ਨੇ ਜਮੀ ਸ਼ਰਮ ਲਾ ਰੱਖੀ ਹੈ ਵੀ ਇੱਕ ਵਾਰੀ ਘੱਟੋ ਘੱਟ ਮਾਂ ਨੂੰ ਫੋਨ ਤਾਂ ਕਰ ਲਓ, ਐਡੀ ਵੀ ਕੀ ਤੁਹਾਡੀ ਮਜਬੂਰੀ ਪਈ ਆਪਦੇ ਘਰ ਵਾਲੀਆਂ ਨੇ, ਮਗਰ ਤੁਸੀਂ ਇਹੋ ਜਿਹਾ ਲੱਗੇ ਹੋਗੇ ਵੀ ਇੱਕ ਵਾਰੀ ਫੋਨ ਕਰ ਲਓ, ਤੁਹਾਡੀ ਮਾਂ ਹੈ ਆਖਰ ਨੂੰ, ਇੱਕ ਵਾਰੀ ਹਾਲ ਚਾਲ ਤਾਂ ਬੰਦਾ ਪੁੱਛ ਹੀ ਸਕਦਾ ਹੁੰਦਾ ਹੈਗਾ, ਵਾਹਲਾ ਨਹੀਂ ਤਾਂ ਜਮਾਂ ਅੱਜ ਕੱਲ੍ਹ ਵੀ ਸਰੇ ਹੀ ਪਿਆ ਲੋਕਾਂ ਦਾ, ਕਿੱਡੇ ਲਾਲਚੀ ਹੋਏ ਪਏ ਦੇਖ ਲਾ ਸਿਆਉਣੇ ਦੇ ਪਿੱਛੇ, ਕਿੰਨੇ ਕੁ ਸਿਆਉਣੇ ਆ, 10 ਤੋਲੇ ਸਾਰੇ ਤੇ ਸਿਆਉਣੇ ਦੇ ਹੋਣਗੇ, ਉਹ ਵੀ ਹੈਗੇ ਵੀ ਕਿਹੜੇ ਆ, ਜਿਹੜਾ ਸਿਆਉਣਾ ਹੈ ਹੀ ਨਹੀਂ ਕੋਈ ਅਤਾ ਪਤਾ ਹੀ ਨਹੀਂ ਗਾ, ਉਹਦੇ ਪਿੱਛੇ ਲਾਲਚੀ ਹੋਏ ਬੈਠੇ ਦੇਖ ਲਾ, ਵੀ ਤੁਹਾਡੇ ਤੋਂ ਮਾਂ ਨਹੀਂ ਸਮਝਦੀ, ਤੁਸੀਂ ਊਂ ਕਹਿ ਦਿਓ ਉਹਨੂੰ ਵੀ ਭਾਈ ਤੂੰ ਕੁੜੀ ਕੋਲੇ ਜਾ ਕੇ ਰਹਿ ਲਾ ਕਰ, ਇਹਦੇ ਨਾਲ ਐਡੇ ਐਡੇ ਉਹਨਾਂ ਦੇ ਤੋਹਮਤਾਂ ਲਾਉਣ ਦੀ ਕੀ ਲੋੜ ਪੈਂਦੀ ਹੈ ਇਹਨਾਂ ਨੂੰ, ਇਹਨਾਂ ਦਾ ਵੀ ਬੁਰਾ ਹਾਲ ਹੀ ਹੈ ਜਾਣਾ। ਆ ਕਿਹਦਾ ਆ ਗਿਆ ਹੁਣ ਫੋਨ, ਮੇਰਾ ਕਿਵੇਂ ਫੋਨ ਕਰੀ ਜਾਂਦਾ। ਹੈਲੋ, ਹਾਂਜੀ ਸੇਠ ਜੀ, ਰਾਮ ਰਾਮ। ਹਾਂਜੀ ਠੀਕ ਠਾਕ ਜੀ, ਵਧੀਆ, ਕੁਛ ਨਹੀਂ ਜੀ, ਬਸ ਖੇਤ ਆਇਆ ਹੋਇਆ ਸੀਗਾ। ਹਾਂਜੀ ਹਾਂਜੀ, ਘਰ ਪਰਿਵਾਰ ਵਧੀਆ, ਤੁਸੀਂ ਦੱਸੋ ਕਿਵੇਂ ਚੱਲੀ ਜਾਂਦਾ ਕੰਮ ਕਾਰ। ਚਲੋ ਵਧੀਆ ਹੀ ਚਾਹੀਦਾ। ਨਾ ਜੀ, ਆਪਾਂ ਨੂੰ ਪੈਸੇ ਟਕੇ ਦੀ ਕੀ ਲੋੜ ਪੈਣੀ ਹੈ। ਹਾਂ ਹਾਂ, ਆਪਣਾ ਤਾਂ ਵਧੀਆ ਹੈਗਾ, ਉਸ ਟਾਈਮ ਤਾਂ ਲੋਟ ਹੈਗਾ, ਬਾਕੀ ਸਿਰਫ ਠੇਕੇ ਤੇ ਵਾਹਨ ਲਿਆ ਨੀਗਾ ਹਜੇ, ਜੇ ਕੋਈ ਪਿਆ ਤਾਂ ਤੁਹਾਨੂੰ ਪਤਾ ਹੈਗਾ, ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਹਾਡੇ ਕੋਲ ਪੈਸਾ ਟਕਾ ਆਪਾਂ ਫੜ ਲੈਂਦੇ ਹੁੰਦੇ ਹਾਂ। ਹਾਂਜੀ ਹਾਂਜੀ, ਸਿਆਉਣਾ ਨਾ, ਮੈਂ 10 ਤੋਲੇ ਸਿਆਉਣਾ ਦਾ ਭਲਾ ਤੁਹਾਡੇ ਕੋਲ ਰੱਖ ਕੇ ਕੀ ਕਰਨਾ ਸੀਗਾ।
ਨਾ ਨਾ ਜੀ, ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਗੀ। ਤੁਹਾਨੂੰ ਕੋਈ ਗਲਤ ਫਹਿਮੀ ਨਾ ਹੋਵੇ, ਕੋਈ ਹੋਰ ਬੁੜੀ ਨਾ ਹੋਵੇ। ਅੱਛਾ ਜੀ, ਨਾ ਨਾ ਜੀ, ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਗਾ। ਹਾਂ ਹਾਂ ਐਂ ਤਾਂ ਚਲੋ ਆਪਾਂ ਮੰਨਦੇ ਹਾਂ ਕਿ ਬੁੜੀਆਂ ਨੂੰ ਮਾੜੀ ਮੋਟੀ ਬੋਝ ਹੁੰਦੀ ਹੈਗੀ ਘਰੇ, ਪਰ ਆਪਣਾ ਤੁਹਾਨੂੰ ਪਤਾ ਹੈਗਾ ਸਿਸਟਮ ਵਧੀਆ ਚੱਲਦਾ ਹੈਗਾ, ਆਪਾਂ ਨੂੰ ਤਾਂ ਸਿਆਣਾ ਧਰਨ ਦੀ ਲੋੜ ਕੀ ਹੈਗੀ। ਹਾਂਜੀ ਹਾਂਜੀ, ਬਾਕੀ ਸਰ ਆਪਣੇ ਕੋਲ 10 ਤੋਲੇ ਹੈ ਵੀ ਨਹੀਂ, ਆਪਣੇ ਕੋਲ ਤਾਂ ਸਾਰਾ ਸੋਹਣੇ 4-5 ਕੁ ਤੋਲੇ ਹੈਗਾ। ਹਾਂ ਕੋਈ ਗੱਲ ਨਹੀਂ, ਤੁਸੀਂ ਬੇਫਿਕਰ ਰਹੋ, ਮੈਂ ਫਿਰ ਕੋਈ ਗੱਲ ਨਹੀਂ ਘਰੇ ਜਾ ਕੇ ਕਰਕੇ ਗੱਲਬਾਤ ਤੁਹਾਨੂੰ ਫਿਰ ਦੱਸ ਦਾਂਗਾ ਸਰ। ਹਾਂਜੀ, ਤੁਸੀਂ ਵੀ ਕਿਹੜਾ ਕਨਫਰਮ ਕਰ ਲਿਓ ਵੀ ਉਹੀ ਸੀ ਕਿ ਕਈ ਵਾਰੀ ਕੋਈ ਕੋਈ ਮੁੰਡੇ ਤੋਂ ਨਹੀਂ ਜਾਣ ਪਛਾਣ ਚਾਹੁੰਦੇ ਹੁਣ। ਅੱਛਾ ਤੁਹਾਨੂੰ ਤੁਸੀਂ ਆਪ ਸੀਗੇ? ਹਾਂ ਹਾਂ ਫਿਰ ਤੁਹਾਨੂੰ ਤਾਂ ਹੁਣ ਦੇਖ ਪਤਾ ਹੀ ਹੈ ਮੇਰੇ ਘਰਦਿਆਂ ਦਾ, ਹੈ ਨਾ। ਚਲ ਆਪਾਂ ਮੁੰਡੇ ਦਾ ਤਾਂ ਹੋਰ ਦਾ ਮੰਨ ਲੈਂਦੇ ਵੀ ਕੋਈ ਅਗਲੇ ਨੂੰ ਗਲਤ ਫਹਿਮੀ ਹੋ ਗਈ ਹੁੰਦੀ, ਕੋਈ ਹੋਰ ਬੁੜੀ ਹੁੰਦੀ। ਹਾਂ ਕੋਈ ਗੱਲ ਨਹੀਂ, ਮੈਂ ਤੁਹਾਨੂੰ ਘਰੇ ਜਾ ਕੇ ਸਾਰੀ ਗੱਲ ਪਤਾ ਕਰਕੇ ਫਿਰ ਤੁਹਾਨੂੰ ਕਰਦਾ ਮੈਂ ਫੋਨ। ਠੀਕ ਹੈ ਜੀ, ਠੀਕ ਹੈ। ਹਾਂ ਤਾਂ ਪਤੰਦਰ ਨੇ ਨਵੀਂ ਗੱਲ ਦੱਸਦੀ ਹੈ, 10 ਤੋਲੇ ਸਿਆਉਣੇ ਦੇ ਵੀਰਪਾਲ ਕਿਹੜੇ ਹਿਸਾਬ ਨਾਲ ਧਰ ਕੇ ਆਈ ਹੋਈ, ਜਦਕਿ ਆਪਣੇ ਕੋਲ ਤਾਂ ਸਿਆਉਣਾ ਹੀ ਸਾਰਾ 5-6 ਤੋਲੇ ਹੈਗਾ। ਇਹ ਤਾਂ ਗੱਲ ਕੁਛ ਗੜਬੜ ਲੱਗਦੀ ਹੈ, ਮੈਨੂੰ ਲੱਗਦਾ ਵੀ ਜਿੱਥੇ ਮੇਰਾ ਸ਼ੱਕ ਜਾਈ ਜਾਂਦਾ ਗੱਲ ਇਹ ਉਹੀ ਨਿਕਲੂਗੀ। 10 ਤੋਲੇ ਉਹਨਾਂ ਦੇ ਗਾਇਬ ਹੋਏ ਆ ਅਤੇ 10 ਤੋਲੇ ਵੀਰਪਾਲ ਧਰ ਕੇ ਆਈ ਹੈ ਸੁਨਹਿਰੇ ਕੋਲ, ਮੈਨੂੰ ਐਂ ਸ਼ੱਕ ਪੈਂਦਾ ਹੈਗਾ ਵੀ ਉੱਥੋਂ 10 ਤੋਲੇ ਲਿਆਈ ਵੀਰਪਾਲ ਹੈ। ਮਾਂ 'ਤੇ ਤਾਂ ਉਹੀ ਇਲਜ਼ਾਮ ਲਾਤਾ, ਪਰ ਹੁਣ ਵੀ ਉਹਨਾਂ ਨੇ ਕਿਉਂ ਕਾਹਦੇ ਵਾਸਤੇ ਲਾਉਣਾ ਸੀਗਾ, ਪਏ ਤਾਂ ਆਖਰ ਨੂੰ ਇੰਨਾ ਟਾਈਮ ਉਹਦੀ ਪੇਟੀ 'ਚ ਹੀ ਸੀਗੇ। ਮੈਨੂੰ ਤਾਂ ਐਂ ਲੱਗਦਾ ਵੀ ਵੀਰਪਾਲ ਜਿਹੜਾ ਉੱਥੇ ਮੌਕੇ 'ਤੇ ਪਹੁੰਚੀ ਸੀ ਇਸੇ ਗੱਲ ਦੀ ਮਾਰੀ ਪਹੁੰਚੀ ਹੈ, ਨਹੀਂ ਵੀਰਪਾਲ ਨੇ ਉੱਥੇ ਜਾ ਕੇ ਕੀ ਕਰਨਾ ਸੀਗਾ। ਜਦੋਂ ਮੈਂ ਜਵਾਬ ਦੇ ਕੇ ਗਿਆ ਸੀ ਭਾਈ ਤੂੰ ਨਹੀਂ ਜਾਣਾ ਮੈਂ ਇਕੱਲਾ ਜਾਊਂਗਾ, ਇਹ ਤਾਂ ਗੱਲ ਦੇ ਵਿੱਚ ਕੋਈ ਰਾਜ ਆ, ਹੁਣ ਕਿਹੜੇ ਤਰੀਕੇ ਨਾਲ ਪਤਾ ਕਰਾਂ। ਹੁਣ ਤਾਂ ਫਿਰ ਇੱਕੋ ਹੀ ਹੱਲ ਹੈ, ਜਾਂ ਤਾਂ ਐਂ ਕਰਦਾ ਹੈਗਾ ਜਾ ਕੇ ਵੀਰਪਾਲ ਨੂੰ ਕੋਈ ਆਨੇ ਬਹਾਨੇ ਐਂ ਕਹਿਣਾ ਹੈਗਾ ਵੀ ਆਪਣੇ ਵਾਲਾ ਸਿਆਉਣਾ ਦੇ ਮੈਨੂੰ, ਵੀ ਪਿੰਡ 'ਚ ਚੋਰੀਆਂ ਚਕਾਰੀਆਂ ਹੋਈ ਜਾਂਦੀਆਂ ਨੇ ਵੀ ਮੈਂ ਸੁਨਿਆਰੇ ਕੋਲ ਜਾ ਕੇ ਧਰਿਆ ਆਉਣਾ। ਆਹ ਗੱਲ ਸਹੀ ਹੈ, ਜੇ ਸਿਆਉਣਾ ਉਹਨੇ ਦੇ ਤਾ ਤਾਂ ਆਪਾਂ ਮੰਨ ਲਾਂਗੇ ਵੀ ਇਹ ਤਾਂ 10 ਤੋਲੇ ਉਹੀ ਧਰ ਕੇ ਆਈ ਆ ਉਹਨਾਂ ਵਾਲੇ, ਜੇ ਨਾ ਦਿੱਤਾ ਫਿਰ ਚ ਆਪਾਂ ਚੱਲ ਆਪਾਂ ਐਂ ਮੰਨ ਲਾਂਗੇ ਵੀ ਭਾਈ ਆਪਦੇ ਘਰ ਵਾਲਾ ਸਿਆਉਣਾ ਧਰ ਕੇ ਆਈ ਆ, ਫਿਰ ਪਤਾ ਵੀ ਲੱਗ ਜੂ ਆਪਾਂ ਨੂੰ ਵੀ ਕਾਹਦੇ ਵਾਸਤੇ ਧਰ ਕੇ ਆਈਏ। ਚੱਲ ਫਿਰ ਪਹਿਲਾਂ ਤਾਂ ਐਂ ਕਰਦੇ ਆ, ਹਰਾ ਚਾਰਾ ਆਪਣਾ ਵੱਢਿਆ ਪਿਆ ਸਿੱਟ ਕੇ ਰੇਹੜੀ 'ਚ ਅਤੇ ਆਪਾਂ ਚੱਲ ਗਏ, ਇਸੇ ਗੱਲ ਦਾ ਪਤਾ ਆਪਾਂ ਉਸੇ ਦੀ ਕਰਦੇ ਹਾਂ ਵੀਰਪਾਲ ਤੇ। ਕੀ ਕਰੀ ਜਾਂਦੇ ਹੋ ਬਈ? ਕੁਛ ਨਹੀਂ, ਮੈਂ ਤਾਂ ਨਾ ਲਸਣ ਜੀ ਸਿਲਦੀ ਸੀ, ਤੂੰ ਕਿੱਧਰ ਹੋਇਆ? ਮੈਂ ਇੱਥੇ ਖੇਤ ਗਿਆ ਸੀਗਾ, ਸਰਪੰਚ ਕੋਲ, ਤਾਏ ਕੋਲ, ਆਪਣੇ ਕੋਲ ਕੰਮ ਗਿਆ ਸੀਗਾ ਤੇ ਡਾਕਟਰ ਲਾ ਗਿਆ ਟੀਕਾ। ਮੈਂ ਤਾਂ ਅੱਜ ਜਵਾਬ ਦੇਤਾ ਉਹਨੂੰ। ਕਿਉਂ? ਮੈਂ ਭਾਈ ਨਾ ਹੁਣ ਤਾਂ ਮੇਰੇ ਇੰਨੇ ਟੀਕੇ ਲਾ, ਮੇਰੇ ਤਾਂ ਪੂਰੇ ਸਜਾ ਤੇ ਤੂੰ ਤਾਂ ਲਾ ਲਾ ਟੀਕੇ। ਉਹ ਤੁਹਾਨੂੰ ਕਿਹਾ ਤਾਂ ਹੈਗਾ ਮਾੜਾ ਜਿਹਾ ਬੁਖਾਰ ਚੜ ਜਾਂਦਾ ਉਦੋਂ ਤੁਸੀਂ ਟੀਕਾ ਲਵਾਉਣ ਲੱਗ ਜਾਂਦੇ ਹੋ, ਪਹਿਲਾਂ ਤਾਂ ਟੀਕਾ ਕਦੇ ਵੀ ਨਹੀਂ ਲਵਾਉਣਾ ਚਾਹੀਦਾ ਛੇਤੀ ਛੇਤੀ। ਫਿਰ ਮੈਂ ਤਾਂ ਅੱਜ ਐਂ ਕੀਤਾ, ਧੁੱਪੇ ਨਾ ਗੋਲੀ ਲੈ ਕੇ ਪੈ ਗਈ ਤੇ ਮੈਨੂੰ ਆ ਗਿਆ ਮੁੜਕਾ। ਅੱਛਾ, ਤੇ ਫਿਰ ਉਦੋਂ ਦਾ ਮੇਰਾ ਨਾ ਚਿੱਤ ਲੋਟ ਹੈ। ਚਲੋ ਵਧੀਆ, ਤੇ ਮੈਂ ਤੁਹਾਨੂੰ ਇਹ ਪੁੱਛਦਾ ਸੀ ਵੀ ਹਾਂ ਵੀ ਮਾਂ ਨੂੰ ਲਿਆਈਏ ਜਾ ਕੇ ਆਪਾਂ, ਤੇਰੀ ਸਲਾਹ ਦੀ ਲੈਣੀ ਸੀ ਤੈਨੂੰ, ਕਿਵੇਂ ਲੱਗਦਾ? ਮਾਂ ਨੂੰ ਲਿਆਓ, ਪਰ ਕੱਲ ਤਾਂ ਤੁਸੀਂ ਦੋਨੋਂ ਭਰਾ ਐਂ ਕਹਿੰਦੇ ਸੀ ਵੀ ਜਿਵੇਂ ਗਈ ਆ ਮਾਂ ਆ ਜਾਊਗੀ, ਵੀ ਕੀ ਗੱਲ ਹੋ ਗਈ? ਉਹ ਤੈਨੂੰ ਹੁਣ ਬਾਈ ਨੇ ਦੱਸ ਹੀ ਦਿੱਤਾ ਹੋਣਾ। ਨਾ ਮੈਨੂੰ ਤਾਂ ਕੁਛ ਨਹੀਂ ਦੱਸਿਆ। ਦੱਸਿਆ ਨਹੀਂ? ਨਾ।
ਬਾਈ ਗਿਆ ਸੀ ਕਿਤੇ ਮੰਡੀ, ਉਹਨੇ ਹਾਂ ਦੇਖ ਲਿਆ ਕਿਤੇ ਵੀਰਪਾਲ ਫਰਦੀ ਸੀ ਉੱਥੇ, ਜ਼ਮੀਨ ਦਾ ਕੋਈ ਵੇਠ ਹੱਤਾ ਕਰਦੀ ਫਰਦੀ ਸੀ, ਵਕੀਲਾਂ ਵਕੂਲਾਂ ਨੇ ਮਿਲਦੀ ਫਰਦੀ ਸੀਗੀ, ਅੱਛਾ ਤੇ ਮਹਾਂ ਕਿਤੇ ਊ ਨਾ ਕਿਤੇ ਮਾਂ ਵਾਲੇ ਹਿੱਸੇ ਦੀ ਆਪਦੇ ਨਾਲ ਲਵਾ ਕੇ ਬਹਿ ਜੇ, ਮਹਾਂ ਕੀ ਆ ਉਹ ਉਹਨਾਂ ਦੇ ਪਿੱਛੇ ਲੱਗੀ ਫਿਰਦੀ ਹੋਵੇ, ਕਿਉਂਕਿ ਮਾਂ ਪਹਿਲਾਂ ਤਾਂ ਆਪਾਂ ਤੋਂ ਮਾਫੀਆਂ ਮੰਗੀ ਜਾਂਦੀ ਸੀ, ਮੁੜ ਕੇ ਜੋ ਪ੍ਰਗਟ ਆ ਗਿਆ ਮੁੜ ਕੇ ਇੰਜ ਕਰਨ ਲੱਗ ਗਈ, ਮਹਾਂ ਕਿਤੇ ਊ ਨਾ ਕਿਤੇ ਟੇਢਾ ਹੋ ਜੇ ਕੰਮ, ਮਹਾਂ ਮੇਰੀ ਮਨਾਮ ਗੱਲ ਹੋ ਕੇ ਸੁਣ, ਲਈ ਆਉਣੇ ਉਹਨੂੰ। ਲੈ ਤਾਂ ਤੁਸੀਂ ਆਓ, ਕੋਈ ਨਾ ਮਾਂ ਦਾ ਘਰ ਹੈ, ਹਾਂ ਮਾਂ ਨੇ ਆਉਣੀ ਹੈ, ਚੱਲ ਕੋਈ ਨਾ, ਹੁਣ ਆਪਾਂ ਨੇ ਜਦੋਂ ਆਪਾਂ ਅੱਖੀ ਵੇਖ ਲਿਆ ਸੀ ਆਉਣਾ, ਉਦੋਂ ਬਾਅਦ ਚ ਆਪਾਂ ਉਹਦੇ ਬੈਗ ਚੋਂ ਕੱਢ ਨਹੀਂ ਸਕੇ, ਬੈਗ ਵੀ ਫਰੋਲਿਆ, ਆਪਾਂ ਨੂੰ ਆਏ ਨਹੀਂ ਪਤਾ ਵੀ ਭਾਈ ਪ੍ਰਾਹੁਣਾ ਲੈ ਗਿਆ ਕਿ ਕੀ ਗੱਲਬਾਤ ਹੋਈ, ਉਹ ਉਹਨਾਂ ਦੇ ਦਿਲ ਚ ਜਿਹੜੀ ਬੇਈਮਾਨੀ ਹੈ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਉਹ ਚੀਜ਼ ਦਾ। ਪਰ ਮੈਂ ਤੈਨੂੰ ਇੱਕ ਗੱਲ ਐਂ ਕਹਿੰਦੀ ਹਾਂ ਵੀ ਅਸੀਂ ਫੋਨ ਕਰਦੀਆਂ, ਜੀਤ ਨੇ ਵੀ ਲਾ ਲਾ ਵੇਖਿਆ ਆਪਦੇ ਫੋਨ ਤੋਂ, ਅੱਛਾ ਸਾਡੇ ਨੰਬਰ ਬਲੌਕ ਲਿਸਟ ਚ ਸਿੱਟੇ ਪਏ ਆ, ਤੇ ਬਲੌਕ ਲਿਸਟ ਸਾਡਾ ਹੀ ਪਾਇਆ ਪਿਆ ਹੈ, ਤੇ ਫਿਰ ਉਹ ਤਾਂ ਮਥੀ ਬੈਠੀਆਂ। ਮਥੀ ਜੇ ਬੈਠੀ ਹੁਣ ਤੁਸੀਂ ਜਾਓਗੇ ਕਲੇਸ਼ ਪਊਗਾ, ਸੋਨੂੰ ਸਵਾਂ ਦੀ ਜੇ ਉਲਟਾ ਕਹਿਤਾ ਵੀ ਸਾਨੂੰ ਕੁੱਟਣ ਆ ਗਏ। ਉਹ ਇਹੀ ਗੱਲ ਤਾਂ ਮੈਂ ਇਹਨੂੰ ਆਪਣੇ ਤਾਏ ਨੂੰ ਵੀ ਕਹੀ ਸੀ, ਤਾਇਆ ਕਹਿੰਦਾ ਚੱਲ ਮੈਂ ਦੇਖ ਲੂੰਗਾ, ਕਹਿੰਦਾ ਮਾਮਾ ਹਾਂ ਚੱਲ ਇੱਕ ਵਾਰੀ ਮੈਂ ਹੈਪੀ ਨਾ ਰਹਿ ਕਰਦਾਂਗਾ ਵੀ ਤੂੰ ਮੇਰੀ ਕਿਵੇਂ। ਗੱਲ ਸੁਣ, ਹਾਂ ਆਪਣੇ ਪਿੰਡ ਵਾਲੀ ਜਿਹੜੀ ਕੁੜੀ ਨਹੀਂ ਭੁੱਲੇਗੀ, ਉਹਦਾ ਫੋਨ ਆਇਆ ਸੀ, ਕੀ ਕਹਿੰਦੀ, ਉਹ ਕਹਿੰਦੀ ਵੀ ਦੋਨੋਂ ਮਾਵਾਂ ਧੀਆਂ ਘਰੇ ਹੀ ਹੁੰਦਾ ਤੇ ਗਈ ਜ਼ਰੂਰ ਸੀ ਕਹਿੰਦੀ ਇੱਕ ਦਿਨ ਮੰਡੀ, ਉਹਨਾਂ ਦੀ ਗਵਾਂਢ ਚੋਂ ਕਿਸੇ ਬਹੂ ਦੇ ਨਾਲ ਕਹਿੰਦੀ ਕੱਪੜੇ ਲੈਣ, ਅੱਛਾ ਤੇ ਉਦੋਂ ਬਾਅਦ ਕਹਿੰਦੀ ਕਿਤੇ ਨਹੀਂ ਗਈਆਂ। ਬਸ ਫਿਰ ਉੱਥੇ ਕਚਹਿਰੀਆਂ 'ਚ ਗਈ ਹੋਣੀ ਆ ਮੈਨੂੰ ਪਤਾ ਗਾ, ਜੇ ਹੁਣ ਬਾਈ ਨੇ ਅੱਖੀ ਦੇਖਿਆ ਗਾ। ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਭੈਣ ਬਣ ਕੇ ਵੀ ਸਾਨੂੰ ਪੱਕੀ ਖਬਰ ਲਿਆ ਦੀ, ਅੱਛਾ ਕਹਿੰਦੀ ਮੈਨੂੰ ਪਤਾ ਹੈ ਵੀ ਉਹ ਤੁਹਾਡੇ ਨਾਲ ਤੁਹਾਡੀ ਕੁੜੀ ਦੀ ਘੱਟ ਬਣਦੀ। ਮੈਂ ਕਿਹਾ ਚੱਲ ਕੋਈ ਨਾ, ਉਹ ਤਾਂ ਭਾਈ ਵੇਖ ਤੇਰੇ ਨਾਲ ਵੀ ਪਿੰਡ ਵਾਲੀ ਕੁ ਵੀ ਤੂੰ ਪਿੰਡ ਦੀ ਆ, ਤੇਰੇ ਨਾਲ ਵੀ ਨਹੀਂ ਸਹਿਚਾਰ ਰੱਖਦੀ। ਉਹ ਅਸਲ 'ਚ ਆਪਾਂ ਹੀ ਕੱਚੇ ਰਹੇ, ਆਪਾਂ ਮਾਂ ਨੂੰ ਜਾਣ ਹੀ ਦੇਣਾ ਸੀ, ਅਸਲ 'ਚ ਮਾਂ ਨਾ ਬਸ ਉਹੀ ਗੱਲ ਹੈ, ਵੀਰਪਾਲ ਜੀ ਤਾਂ ਬਾਹਲੀ ਭੈੜੀ ਹੈਗੀ, ਇਹ ਮਾਂ ਨੂੰ ਸਾਰਾ ਪਿੱਛੇ ਲਾਈ ਫਿਰਦੀ ਹੈਗੀ, ਇੱਕ ਉਹ ਪ੍ਰਾਹੁਣੇ ਦਾ ਨਹੀਂ ਪਤਾ ਲੱਗਦਾ ਉਹ ਕਿੱਧਰ ਭੇਲੀ ਛੱਡਦਾ ਕਿੱਧਰ ਨਹੀਂ, ਕਿਤੇ ਤਾਂ ਆਪਣੇ ਨਾਲ ਦਾ ਹੋ ਜਾਂਦਾ ਕਿਤੇ ਹੈਪੀ ਨਾਲ ਦਾ ਹੋ ਜਾਂਦਾ, ਕਿਤੇ ਹੁਣ ਮਾਂ ਨਾਲ ਦਾ ਹੋਇਆ ਪਿਆ, ਲੈ ਕੇ ਜਾਂਦਾ ਹੋਇਆ ਕਹਿ ਗਿਆ ਕਿ ਵੀਰਪਾਲ ਮਾਂ ਨੂੰ ਲਿਆਈ ਰੱਖੇ। ਫਿਰ ਮੇਰੀ ਗੱਲ ਸੁਣ ਜੀਵਨ, ਪ੍ਰਾਹੁਣੇ ਨੂੰ ਸਬੂਤ ਜਦੋਂ ਆਪਾਂ ਦਿਖਾਈ ਨਹੀਂ ਸਕੇ, ਪ੍ਰਾਹੁਣਾ ਕੀ ਕਰੇ, ਪ੍ਰਾਹੁਣੇ ਨੂੰ ਤਾਂ ਆਏ ਆ ਵੀ ਇਹ ਵੀ ਬੇਈਮਾਨ ਹੈ, ਉਹ ਤਾਂ ਆਪਾਂ ਨੂੰ ਚਾਰਾਂ ਨੂੰ ਵੀ ਮਨ ਦੱਸਦਾ ਅਸਲ 'ਚ ਹੁੰਦਾ। ਆਪਾਂ ਹੀ ਕੱਚੇ ਰਹੇ, ਜਦੋਂ ਅੰਦਰ ਬਾਹਰ ਆ ਕੇ ਬੈਠੀ ਸੀ ਸਿਉਣਾ ਕੋਲੇ ਸੀ ਉਹਦੇ, ਆਪਾਂ ਫੜ ਲੈਣਾ ਸੀ ਪਹਿਲੇ, ਆਪਾਂ ਬਾਹਰ ਨਹੀਂ ਆਉਣਾ ਸੀ, ਉਹ ਵੀ ਤਾਂ ਗਲਤੀ ਗੱਲ ਰਹਿ ਹੈ, ਗਈ ਇੱਕ ਆਪਣੇ ਜਣੇ ਨੇ ਚ। ਕੋਲੇ ਰਹਿਣਾ ਸੀ, ਹਾਂ ਕੋਲੇ ਰਹਿਣਾ ਸੀ, ਜੇ ਆਪਾਂ ਕੋਲੇ ਰਹਿੰਦੇ ਤਾਂ ਅੱਜ ਨੂੰ ਆਹ ਗੱਲਾਂ ਤੱਕ ਨਹੀਂ ਸੀ ਪਹੁੰਚਦੇ। ਚੱਲ ਕੋਈ ਨਹੀਂ ਮਾਰ ਤੂੰ, ਕਰੇ ਕਰੇ। ਮੈਂ ਨਾ ਕੱਲ ਦੀ ਐਂ ਸੋਚੀ ਜਾਂਦੀ ਹਾਂ, ਤੇਰਾ ਬਾਈ ਨਾ ਚੁੱਪ ਕਰਕੇ ਅੰਦਰ ਜਾ ਵੜਿਆ, ਮੈਨੂੰ ਦੱਸੀ ਨਹੀਂ ਗੱਲ, ਮੈਨੂੰ ਕਹਿੰਦਾ ਤੂੰ ਠੀਕ ਹੈ, ਮੈਂ ਕਿਹਾ ਹਾਂ ਠੀਕ ਹੈ। ਉਹਨੇ ਫਿਰ ਉਹੀ ਨਹੀਂ ਦੱਸੀ ਹੋਣੀ, ਮੈਨੂੰ ਐਸੀ ਕਿਤੇ ਦੱਸਦੀ ਹੋਊ ਵੀ ਤੁਸੀਂ ਬਿਮਾਰ ਜੀ ਹੋ ਕਿਤੇ, ਉਹ ਨਾ ਟੈਨਸ਼ਨ ਲੈ ਜਾਓ। ਨਾ ਨਾ ਮੈਨੂੰ ਆਏ ਤਾਂ ਸਮਾਂ ਦੀ ਕਿਹਾ, ਕਹਿੰਦਾ ਤੈਨੂੰ ਨਹੀਂ ਮੈਂ ਦੱਸਦਾ, ਹੋਰ ਨਾ ਬਿਮਾਰ ਹੋ ਜਾਏ। ਮੈਂ ਕਿਹਾ ਚੱਲ ਕੋਈ ਊਂ ਗੱਲ ਬਸ ਫਿਰ ਹੋਈ, ਉਹੀ ਗੱਲ ਹੈ। ਤੇ ਹੁਣ ਫਿਰ ਤੂੰ ਕੀ ਸਲਾਹ ਕਰੀਏ ਵੀ ਸਲਾਹ ਜਾਈਦਾ? ਤਾਂ ਮੈਂ ਬਾਈ ਨੂੰ ਪੁੱਛਦਾ ਵੀ ਤੂੰ ਮੇਰੇ ਨਾਲ ਚੱਲੇ ਆ ਕਿਵੇਂ ਕਰੇਗਾ, ਵੀ ਮੈਂ ਸਰਪੰਚ ਨੂੰ ਲੈ ਜਾ ਫਿਰ। ਤੇ ਫਿਰ ਜੀਵਨ ਤੂੰ ਅੱਜ ਦੀ ਵੀ ਛੁੱਟੀ ਲੈ ਲਈ, ਅੱਜ ਦੀ ਛੁੱਟੀ ਤੂੰ ਹੀ ਖਰਾਬ ਉਹ ਹੋਰ ਕਰਦੀ। ਕੀ ਕਰੀਏ ਹੁਣ, ਇਹ ਤਾਂ ਕੰਮ ਕਰਨਾ ਹੀ ਪੈਣਾ ਹੈ ਭਾਬੀ, ਤੈਨੂੰ ਕੀ ਸਮਝਾਵਾਂ, ਬਸ ਉਹੀ ਗੱਲ, ਫਸੇ ਪਏ ਆ ਆਪਾਂ ਤਾਂ ਹੁਣ, ਨਾ ਉਸ ਪਾਸੇ ਦੇ ਨਾ ਉਸ ਪਾਸੇ ਦੇ ਆ, ਹੁਣ ਉਹ ਤਾਂ ਹਰੇਕ ਦੇ ਕੰਨਾਂ 'ਚ ਗੱਲ ਪਹੁੰਚ ਗਈ ਇਹ, ਜਦੋਂ ਉਹ ਤਾਂ ਉਹਦੇ ਪਹੁੰਚ ਗਈ। ਹੋਰ ਮੇਰੀ ਗੱਲ ਸੁਣ, ਜਦੋਂ ਉਹਦੇ ਤਾਇਆ ਆ ਕੇ ਮੈਨੂੰ ਸਰੇਆਮ ਪੁੱਛ ਗਿਆ, ਕਹਿੰਦਾ ਤੂੰ ਗੱਲ ਲੁਕਾਉਣਾ ਗਾ ਵੀ ਤੁਸੀਂ ਕੁੱਟੀ ਹੂ ਆਏ ਹੋ ਹੁਣ ਜਾਓ, ਜੇ ਆਪਾਂ ਪ੍ਰਾਹੁਣੇ ਨੂੰ ਫੋਨ ਲਾਉਣੇ ਕੀ ਪਤਾ ਪ੍ਰਾਹੁਣਾ ਮੂਹਰੇ ਰੁੱਖਾ ਬੋਲੇ। ਉਹ ਤਾਂ ਨੰਬਰ ਬੰਦ ਕਰੀ ਬੈਠਿਆ, ਉਹ ਕਿੱਥੇ ਆ, ਫਿਰ ਉਹੀ ਗੱਲ ਹੈ, ਤਾਂ ਨੰਬਰ ਕਿਸੇ ਦੇ ਨੰਬਰ ਫੋਨ ਤੋਂ ਵੀ ਜੇ ਆਪਾਂ ਫੋਨ ਲਾਵਾਂਗੇ ਆਪਣੀ ਆਵਾਜ਼ ਸਿਆਣ ਕੇ ਕੱਟ ਦੂ, ਉਹਨੇ ਗੱਲ ਹੀ ਨਹੀਂ ਕਰਨੀ ਬਾਕੀ, ਆਪਣੇ ਲੋੜ ਨਾਲ। ਹੀ ਨਹੀਂ ਆਪਾਂ ਨੂੰ ਫੋਨ ਲਾਉਣ ਦੇ, ਆਪਾਂ ਸਿੱਧਾ ਮਾਂ ਕੋਲੇ ਜਾਈਏ, ਖਬਰ ਆ ਮਾਂ ਫਸੀ ਬੈਠੀ ਹੋਵੇ ਇੱਥੇ, ਗੱਲ ਤਾਂ ਇਹ ਹੈ ਨਾ, ਹਾਂ ਮਾਂ ਦਾ ਤੂੰ ਨਹੀਂ ਪਤਾ, ਐਂ ਕਰ ਕੁੜੀ ਮੇਰੀ, ਰਹਿ ਗਈ ਗੱਲ 'ਚ ਗੁੱਠਾ ਦੇ ਕੇ ਮਾਰ ਦੇ ਉੱਥੇ, ਆਖੇ ਵੀ ਹਾਂ ਹਾਂ ਨਾ ਕਰਾ, ਮੁੜ ਕੇ ਸਾਈਨ ਕਰਵਾ ਲੈਣ, ਅੰਗੂਠਾ ਲਵਾ ਲੈਣ, ਫਿਰ ਆਪਾਂ ਹੀ ਕਰਾਂਗੇ ਹਾਂ ਇਹ ਵੀ ਗੱਲ ਠੀਕ ਹੈ। ਹੋਰ ਮੈਂ ਤੈਨੂੰ ਐਂ ਕਹਿੰਦੀ ਸੀ
ਆ ਤੂੰ ਮਾੜੀ ਜੀ ਹੈਪੀ ਨਾਲ ਰਹਿ ਕਰ ਲੈ, ਮੈਂ ਕਰਨਾ ਰਹਿ ਉਹ ਤੰਗ ਤਾਂ ਤੇ ਮੈਂ ਪਰ ਤਾਂ ਇਹਨੂੰ ਹੁਣ ਕਿਹਾ ਇੱਕ ਸੀ। ਗੱਲ ਹੈ, ਹੈਪੀ ਨੂੰ ਨਾ ਲੈ ਕੇ ਜਾਈ ਨਾਲ, ਹੈਪੀ ਦਾ ਸੁਭਾਅ ਹੈਗਾ ਗਰਮ, ਵੀਰਪਾਲ ਤੇ ਹੈਪੀ ਤਾਂ 2 ਮਿੰਟ ਨਹੀਂ ਕੱਢਦੇ, ਤਾਂ ਲੜੋ ਲੜਾਈ ਹੋ ਜਾਣਗੇ, ਤੂੰ ਤਾਂ ਫੇਰ ਵੀ ਠੰਡੇ ਦਿਮਾਗ ਨਾਲ ਸੋਚ ਲੈਣਾ, ਤਾਈ ਨੂੰ ਲੈ ਜੀ ਨਾਲ, ਜੇ ਸਾਡੇ ਵਰਗਿਆਂ ਨੂੰ ਲੈ ਕੇ ਜਾਣਾ ਤਾਂ ਅਸੀਂ ਚੱਲ, ਉਹ ਨਹੀਂ ਤੁਸੀਂ ਕੀ ਕਰਨਾ ਉੱਥੇ ਮੁੜ ਕੇ ਜੁੰਡੋ ਜੁੰਡੀ ਫੇਰ ਹੋ ਜਾਣੀ ਹੈ। ਚਲ ਮੈਂ ਤਾਂ ਇਹਨੂੰ ਲੈ ਕੇ ਜਾਊਂਗਾ, ਮੈਂ ਕਰਦਾ ਹੈਪੀ ਨਾਲ ਗੱਲ। ਚਲ ਹੈਪੀ ਨਾਲ ਰਹਿ ਕਰ, ਆਹੋ ਤੇ ਚਾਹ ਤਾਂ ਨਹੀਂ ਪੀਣੀ ਤੂੰ? ਨਹੀਂ ਚਾਹ ਚੂ ਨਹੀਂ ਪੀਣੀ ਹੈਗੀ, ਚਲ ਬਣਾ ਲਓ ਸਬਜ਼ੀ ਭਾਜੀ, ਰੋਟੀ ਖਾ ਕੇ ਜਾਊਂਗਾ ਮੈਂ। ਚੰਗਾ ਠੀਕ, ਆ ਵੀ ਚੰਗਾ ਹੋ ਗਿਆ, ਆਪੇ ਤਾਏ ਨਾਲ ਜਾਵੜੂਗਾ, ਜੇ ਹੈਪੀ ਨਾਲ ਜਾਵੜਿਆ ਨਾ ਐਵੇਂ ਲੜੋ ਲੜਾਈ ਹੋ ਜੂਗਾ, ਉੱਥੇ ਵਾਧਾ ਵੱਧ ਜੂਗਾ, ਟਿੱਕੀ ਟਕਾਈ ਗੱਲ ਨੂੰ ਪੁੱਠੀ ਪਾ ਲੈਣਗੇ। ਲੈ ਸਬਜ਼ੀ ਬਣਾ, ਚੱਲ ਆ ਮੋਟੇ ਜਿਹੇ ਕੱਪੜੇ ਹੁਣ। ਵੀਰਪਾਲ ਹਾਂਜੀ ਆ ਗਏ ਤੁਸੀਂ? ਹਾਂ ਆ ਗਿਆ ਮੈਂ ਤਾਂ। ਠੀਕ ਆ, ਤੇ ਮੈਂ ਤੈਨੂੰ ਐ ਕਹਿੰਦਾ ਸੀਗਾ। ਹਾਂਜੀ ਆ ਹੁਣ ਆਉਣ ਲੱਗਿਆ ਨਾ, ਮੈਂ ਸੁਣ ਕੇ ਆਇਆ ਹੈਗਾ 2-3 ਘਰਾਂ 'ਚ ਨਾ ਚੋਰੀਆਂ ਹੋ ਗਈਆਂ ਰਾਤ। ਚੋਰੀਆਂ ਹੋ ਗਈਆਂ? ਹਾਂ। ਅੱਛਾ ਕਿਵੇਂ ਹੋ ਗਈਆਂ ਚੋਰੀਆਂ, ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ? ਨੁਕਸਾਨ ਜ਼ਿਆਦਾ ਤਾਂ ਨਹੀਂ ਹੈਗਾ, ਇੱਕ ਘਰ ਦੇ ਤਾਂ ਮੰਨ ਕੇ ਚੱਲ 1-2 ਤੋਲੇ ਸੋਨੇ ਚੱਕਿਆ ਗਿਆ। ਅੱਛਾ ਤੇ ਇੱਕ ਦੇ ਘਰੇ ਆਹ ਬਾਹਰ ਮੋਟਰਸਾਈਕਲ ਖੜਾ ਸੀਗਾ, ਮੋਟਰਸਾਈਕਲ ਲੈ ਕੇ ਜਾ ਕੇ। ਅੱਛਾ ਬਸ ਤੁਹਾਨੂੰ ਤਾਂ ਪਤਾ ਹੀ ਹੈ ਜੀ, ਨਸ਼ਿਆਂ ਵਾਲਿਆਂ ਦਾ ਕੰਮ ਹੋਊਗਾ, ਹੋਰ ਤਾਂ ਕਿਹਨੇ ਚੋਰੀਆਂ ਕਰਨੀਆਂ, ਉਹੀ ਹੁੰਦੇ ਆ ਪਹਿਲਾਂ ਭੇਤ ਲੈ ਜਾਂਦੇ ਆ, ਫਿਰ ਬਾਅਦ ਵਿੱਚ ਭੁੱਖੇ ਮਰਦੇ ਆ, ਕੰਮ ਕੋਈ ਕਰਨਾ ਨਹੀਂ ਲੋਕਾਂ ਨੇ, ਬਸ ਇਹੀ ਕੰਮ ਰਹਿ ਗਿਆ ਹੁਣ ਤਾਂ। ਤੇ ਮੈਂ ਤੈਨੂੰ ਆਇਆ ਦਾ ਸੀਗਾ ਵੀ ਆਪਣੇ ਵਾਲਾ ਸੋਨਾ ਕਿੱਥੇ ਪਿਆ ਹੈਗਾ? ਆਪਣੇ ਵਾਲਾ ਅਲਮਾਰੀ ਦੇ ਲੋਕਰ 'ਚ ਹੀ ਪਿਆ ਜੀ। ਮੈਂ ਤੈਨੂੰ ਆਇਆ ਦਾ ਸੀ ਵੀ ਜੇ ਆਪਾਂ ਜਮ੍ਹਾਂ ਕਰਾ ਦਈਏ ਸੋਨਾ ਆਪਣਾ, ਕਿਉਂ ਕੀ ਪਤਾ ਹੁੰਦਾ ਹੈ ਜੋ ਇੰਨੀਆਂ ਚੋਰੀਆਂ ਚਕਾਰੀਆਂ ਹੋਈ ਜਾਂਦੀਆਂ ਨੇ, ਜਮ੍ਹਾਂ ਕਰਾਇਆ ਚੱਲ ਆਪਦਾ, ਐਂ ਤਾਂ ਪਿਆ ਸੇਫ ਤਾਂ ਪਿਆ ਰਹੂਗਾ। ਹਾਂ ਇਹ ਵੀ ਗੱਲ ਸਹੀ ਆ ਨਾ, ਕੋਈ ਗੱਲ ਨਹੀਂ, ਆਪਣਾ ਤਾਂ ਸੋਨਾ ਅਲਮਾਰੀ ਦੇ ਲੋਕਰ 'ਚ ਪਿਆ, ਤੁਸੀਂ ਦੱਸ ਦਿਓ ਕਦੋਂ ਜਮ੍ਹਾਂ ਕਰਾ ਕੇ ਆਉਣਾ, ਤੇ ਤੁਸੀਂ ਕਰਵਾਇਆ ਹੋ ਫਿਰ ਮੈਂ ਤੁਹਾਨੂੰ ਕੱਢ ਕੇ ਦੇ ਦੂੰਗੀ। ਮੈਂ ਇਹ ਕਰਦਾ ਹੈਗਾ ਕਿ ਹੁਣ ਮੈਂ ਨਹਾ ਲੈਂਦਾ, ਨਹਾ ਕੇ ਰੋਟੀ ਟੁੱਕ ਖਾ ਲੈਂਦਾ ਹੈਗਾ ਤੇ ਫਿਰ ਜਾ ਕੇ ਮੈਂ ਜਮ੍ਹਾਂ ਕਰਾਈ ਆਉਣਾ। ਆਹੋ ਕਰਵਾਈ ਆਓ, ਐਵੇਂ ਮੁੜ ਕੇ ਕੱਲ੍ਹ ਨੂੰ ਨੁਕਸਾਨ ਹੋ ਗਿਆ, ਨਾਲੇ ਖੇਤਾਂ 'ਚ ਘਰ ਆਪਣਾ ਕਈ ਵਾਰ ਪਤਾ ਹੀ ਨਹੀਂ ਹੁੰਦਾ। ਤਾਂ ਹੀ ਤਾਂ ਮੈਂ ਕਹਿੰਦਾ ਵੀ ਹੁਣ ਮੇਰਾ ਇਹ ਨਹੀਂ ਪਤਾ ਹੈਗਾ ਵੀ ਉਹ ਆਪਾਂ ਦੂਜੇ ਖੇਤ ਵਗ ਜਾਂਦਾ ਜਦੋਂ ਮੈਂ, ਇੱਥੇ ਕੌਣ ਹੁੰਦਾ, ਇਕੱਲੀ ਹੁੰਦੀ ਹੈ ਤੂੰ, ਤੇ ਉਹ ਐਵੇਂ ਕੋਈ ਚੋਰੀ ਚਕਾਰੀ ਕਰਕੇ ਲੈ ਗਿਆ ਫਿਰ। ਉਹ ਤਾਂ ਗੱਲ ਠੀਕ ਆ, ਚੱਲ ਤੁਸੀਂ ਇਹ ਗੱਲ ਮਾਂ ਨੂੰ ਨਾ ਦੱਸ ਦਿਓ, ਕਈ ਵਾਰ ਹਨਾ ਮਾਂ ਟੈਨਸ਼ਨ ਜੀ ਲੈ ਜੂਗੀ, ਪਤਾ ਨਹੀਂ ਕੀ ਗੱਲ ਐਵੇਂ ਫਿਕਰ ਕਰਨ ਲੱਗ। ਕੋਈ ਨਾ ਮਾਂ ਨੂੰ ਮੈਂ ਨਹੀਂ ਦੱਸਦਾ, ਤੂੰ ਵੀ ਨਾ ਦੱਸਦੀ ਕਿਤੇ। ਨਾ ਨਾ ਮੈਂ ਤਾਂ ਕੁਝ ਨਹੀਂ ਦੱਸਦੀ, ਮੈਂ ਤਾਂ ਅਸੀਂ ਮੋਟੇ ਜਿਹੇ ਕੱਪੜੇ ਸਾਂਭਦਾ, ਹੁਣ ਗਰਮੀ ਹੋਣ ਲੱਗ ਗਈ ਤੇ ਤਾਂ ਕਰਕੇ। ਚੱਲ ਕੋਈ ਨਾ ਤੁਸੀਂ ਐਂ ਕਰੋ, ਮੈਂ ਤੁਹਾਨੂੰ ਪਾਉਣੀ ਆ ਰੋਟੀ, ਤੁਸੀਂ ਕਰ ਲਓ ਜਿਹੜਾ ਕੰਮ ਕਰਨਾ। ਇਹ ਤਾਂ ਗੱਲ ਮੈਨੂੰ ਕੁਝ ਹੋਰ ਹੀ ਲੱਗਦੀ ਹੈ, ਆਪਣੇ ਵਾਲਾ ਸਿਉਣਾ ਤਾਂ ਸਾਰਾ ਘਰੇ ਹੀ ਪਿਆ, ਫਿਰ ਤਾਂ ਜਿਹੜੀ ਗੱਲ ਦਾ ਮੈਨੂੰ ਸ਼ੱਕ ਸੀ ਉਹ ਸ਼ੱਕ ਤਾਂ ਹੁਣ ਸੱਚ 'ਚ ਬਦਲ ਗਿਆ। ਇਹ ਤਾਂ ਗੱਲ ਉਹੀ ਹੋ ਗਈ, ਸਿਆਉਣਾ ਤਾਂ ਉਹਨਾਂ ਵਾਲੀ ਇਹ ਧਰ ਕੇ ਆਈ ਹੈ ਸੁਨਿਆਰੇ ਕੋਲ, ਮੈਂ ਤਾਂ ਉਹਨਾਂ ਨੂੰ ਗਲਤ ਸਮਝੀ ਬੈਠਾ ਸੀ, ਪਰ ਐਂ ਨਹੀਂ ਪਤਾ ਸੀਗਾ ਵੀ ਗਲਤ ਹੁਣ ਇਹੀ ਮਾਵਾਂ ਦੀਆਂ ਨਿਕਲਣਗੀਆਂ, ਇਹਨਾਂ ਦੀ ਰਲੀ ਮਿਲੀ ਭਗਤ ਸੀ ਦੋਨਾਂ ਦੀ। ਹੁਣ ਫਿਰ ਕਿਵੇਂ ਨਾ ਕਿਵੇਂ ਕਰਕੇ ਉਹ ਸਿਆਉਣਾ ਤਾਂ ਛਡਾਉਣਾ ਪਊਗਾ, ਛਡਾ ਕੇ ਜਿਹਦਾ ਹੱਕ ਬਣਦਾ ਸੀ ਉਹਨਾਂ ਨੂੰ ਹੀ ਦੇਣਾ ਪਊਗਾ, ਅਤੇ ਇਹਨਾਂ ਨੂੰ ਵੀ ਸਬਕ ਹੁਣ ਚੰਗੀ ਤਰ੍ਹਾਂ ਹੀ ਸਿਖਾਉਣਾ ਪਊਗਾ। ਮੈਂ ਤਾਂ ਐਵੇਂ ਗਲਤੀ ਕਰ ਗਿਆ, ਇੱਕ ਵਾਰੀ ਮੈਂ ਸੁਣ ਲਈ ਹੁੰਦੀ ਉਹਨਾਂ ਦੀ ਗੱਲ ਧਿਆਨ ਨਾਲ, ਕੀ ਪਤਾ ਗੱਲ ਰਾਹ ਹੀ ਪੈ ਜਾਂਦੀ, ਮੈਂ ਤਾਂ ਐਵੇਂ ਜਲਦਬਾਜ਼ੀ ਦੇ ਵਿੱਚ ਐਡਾ ਫੈਸਲਾ ਲੈ ਲਿਆ ਜਿਹੜਾ ਮਾਂ ਨੂੰ ਇੱਥੇ ਲਿਆਂਦਾ। ਕੋਈ ਗੱਲ ਨਹੀਂ, ਹੁਣ ਕੋਈ ਸਕੀਮ ਇਹੋ ਜਿਹੀ ਲੜਾਵਾਂ ਵੀ ਨਾਲੇ ਸਿਆਉਣਾ ਉਹਨਾਂ ਕੋਲ ਪਹੁੰਚ ਜੇ ਅਤੇ ਨਾਲੇ ਇਹਨਾਂ ਨੂੰ ਵੀ ਸਬਕ ਮਿਲ ਜੇ। ਚੱਲ ਪਹਿਲਾਂ ਤਾਂ ਰੋਟੀ ਟੁੱਕ ਖਾ ਲਾਂ, ਇਹਨੂੰ ਵੀ ਨਾ ਸ਼ੱਕ ਹੋ ਜੇ ਕਿਤੇ ਸਿਆਉਣਾ ਲੈ ਕੇ, ਕਿਹੜਾ ਮੈਂ ਵੀ ਆਪਦੇ ਕੋਲ ਬਾਹਰ ਅੰਦਰ ਖਾਤੀ ਰੱਖ ਲਵਾਂ। ਕਿਵੇਂ ਜੀਵਣਾ ਅੰਦਰ ਬੜਿਆ ਬੈਠਾ, ਕੀ ਗੱਲ ਹੋ ਗਈ? ਕੁਛ ਨਹੀਂ ਬਸ, ਟੀਕਾ ਪਾ ਲਵਾ ਤਾ ਉੱਧਰ। ਉਹ ਟੀਕਾ ਮੈਂ ਡਾਕਟਰ ਕੋਲ ਗਿਆ ਸੀ ਯਾਰ। ਹਾਂ ਤੇ ਭਾਬੀ ਕਹਿੰਦੀ ਮੈਂ ਲਵਾਇਆ ਨਹੀਂ, ਕਹਿੰਦੀ ਹੁਣ ਮੈਂ ਠੀਕ ਹੈਗੀ। ਮੈਂ ਕਿਹਾ ਚੱਲ ਤੇਰੀ ਮਰਜ਼ੀ ਹੈ। ਅੱਛਾ ਹਾਂ, ਤੇ ਮੈਂ ਗਿਆ ਸੀ ਆ ਤੜਕੇ ਤਾਏ ਕੋਲੇ। ਹਾਂ ਤੇ ਹੁਣ ਤੇ ਰੋਹੀ ਰਹਿ ਦਿੱਤੀ ਹੈ ਮੈਨੂੰ। ਕੀ ਰਹਿ ਦਿੱਤੀ? ਕਹਿੰਦਾ ਯਾਰ ਬਸ ਉਹੀ ਗੱਲ, ਮਾਂ ਨੂੰ ਲਿਆਓ ਕਹਿੰਦਾ ਹੁਣ ਤੁਸੀਂ, ਤੇ ਮੈਂ ਤਾਂ ਹੁਣ ਤੇਰੀ ਰਹਿ ਲੈਣਾ ਸੀ ਵੀ ਤੈਨੂੰ ਕਿਵੇਂ ਲੱਗਦਾ। ਭਾਬੀ ਕਹਿੰਦੀ ਹੈਪੀ ਨੂੰ ਪੁੱਛ ਲਾ, ਬੁੜਿਆਂ ਨੂੰ ਦੱਸਿਆ ਤੈਨੂੰ?
ਉਹ ਨਹੀਂ ਬਾਈ, ਐਡੀ ਗੱਲ ਨਹੀਂ ਹੈਗੀ, ਦੱਸਣਾ ਜ਼ਰੂਰੀ ਹੁੰਦਾ ਗਾ। ਕੱਲ੍ਹ ਨੂੰ ਅੱਗੇ ਦੇਖ ਲਾ, ਲਘੋ ਰੱਖਿਆ ਸੀ ਆਪਾਂ, ਕਿੰਨੇ ਤਾਣੇ ਤਰਾ ਲਿਆ ਆਪਾਂ, ਕਿੰਨਾ ਘਾਟਾ ਪਿਆ ਆਪਾਂ ਨੂੰ ਦੇਖ ਲਾ, ਨਾ ਲੜੋ ਲੜਾਈ ਹੋਈ, ਨਾ ਅੱਡ ਵੱਡ ਹੋਏ। ਹੁਣ ਤਾਂ ਆਪਾਂ ਦੱਸਿਆ ਕਰਾਂਗੇ ਬੁੜੀਆਂ ਨੂੰ ਸਾਰਾ ਕੁਛ। ਪਹਿਲਾਂ ਸੰਸਥਾ ਕਰੀ ਜਾਂਦੀ ਸੀ, ਸੰਸਥਾ ਹੁਣ ਤਾਂ ਠੀਕ ਹੈਗੀ। ਚੱਲ ਤੂੰ ਮੈਨੂੰ ਐਂ ਦੱਸ ਵੀ ਕਿਵੇਂ ਕਰੀਏ ਯਾਰ, ਤੂੰ ਚੱਲੇਗਾ ਨਾਲ? ਦੇਖ ਲੈ ਜੇ ਮਾਮਾ ਚੱਲੂਗੇ, ਤੂੰ ਇਕੱਲਾ ਤਾਇਆ ਤਾਂ ਬਗ ਜੂਗਾ। ਮੈਂ ਕਿਹਾ ਚੱਲ ਮੈਂ ਇੱਕ ਵਾਰੀ ਰਹਿ ਲੈਣਾ, ਹੈਪੀ ਦੀ ਵੀ ਲਿਆਉਣੀ ਆ, ਕਿਵੇਂ ਕਰਨੀ ਆ। ਹੁਣ ਇਹ ਆ ਨਾ ਹੈਪੀ, ਤੈਨੂੰ ਪਤਾ ਹੀ ਆ, ਹੁਣ ਉਹ ਕਚਹਿਰੀਆਂ ਥਾਣਿਆਂ 'ਚ ਫਰਦੀ ਹੈਗੀ, ਕਿਤੇ ਕੱਲ੍ਹ ਨੂੰ ਜ਼ਮੀਨ ਜੀ ਮਾਂ ਦੇ ਨਾਲ, ਮਾਂ ਵਾਲੀ ਆਪਦੇ ਨਾਲ ਲਵਾ ਗਈ, ਮੁੜ ਕੇ ਔਖਾ ਹੋ ਜੂਗਾ। ਮੈਨੂੰ ਤਾਂ ਐਂ ਡਰ ਲੱਗੀ ਨਾ, ਮੈਂ ਤੇ ਭਾਬੀ ਗੱਲਾਂ ਕਰੀ ਜਾਂਦੇ ਸੀ, ਮਹਾਊ ਨਾ ਕਿਤੇ ਗਲ ਗੁੱਠਾ ਦੇ ਦੇਣ ਮਾਂ ਦੇ, ਮੁੜ ਕੇ ਸਾਈਨ ਕਰਾਉਣ ਦੇ ਮਾਰੇ। ਮੈਨੂੰ ਤਾਂ ਐਂ ਡਰ ਲੱਗੀ ਨਾ, ਇੱਕ ਵਾਰੀ ਕਨਸੋਤਾ ਲੈ ਲਈਏ ਜਾ ਕੇ। ਤੂੰ ਬਰਿਆਦ ਰੱਖ ਲਿਆ ਮਾਤਾ ਨੂੰ, ਮੈਂ ਤੈਨੂੰ ਇਹੀ ਰਹਿ ਲੈਂਦਾ ਸੀ ਵੀ ਤੂੰ ਚੱਲੇਗਾ ਕਿ ਮੈਂ ਜਾਵਾਂ। ਤੂੰ ਜਾ, ਇਹ ਤਾਂ ਹੁਣ ਭਾਬੀ ਕਹਿੰਦੀ ਹੈ ਕਿ ਹੈਪੀ ਦਾ ਸੁਭਾਅ ਹੈ, ਕੁਛ ਬੋਲਣਾ ਦੇਵੇ ਲੜਨਾ ਪਾਓ ਉੱਥੇ ਤੁਸੀਂ। ਚੱਲ ਤੈਨੂੰ ਆਇਆ ਫਿਰ ਮਾਂ ਤੇਰੇ ਨਾਲ ਆਪ ਹੀ ਜਾਊਗੀ, ਮੈਨੂੰ ਤਾਂ ਬਸ ਆਹੀ ਸੀਗਾ ਯਾਰ। ਮੈਨੂੰ ਤਾਂ ਡਰ ਲੱਗੀ ਜਾਂਦਾ ਕਿਤੇ ਉਹ ਹੀ ਨਾ ਗੱਲ ਜਾ ਜਾਂਦੀ ਹੋ ਜੇ ਕਿਤੇ ਯਾਰ, ਆਪਾਂ ਇੱਥੇ ਸਿਉਣੇ ਪਿੱਛੇ ਲੱਗ ਲੱਗ ਕੇ ਮੁੜ ਕੇ ਆਪਾਂ ਆਪਦੀ ਮਾਂ ਗਵਾ ਕੇ ਬਹਿ ਜਾਈਏ। ਮਾਂ ਤਾਂ ਹੁਣ ਆਈ ਕੀ ਪਤਾ, ਮਾਂ ਤਾਂ ਆਪਣੇ ਸਾਹਮਣੇ ਮਾਫੀਆਂ ਮੰਗੀ ਜਾਂਦੀ ਸੀ। ਗੱਲ ਤਾਂ ਮੈਨੂੰ ਤਾਂ ਉਹ ਰੜਕਦੀ ਹੈ ਨਾ, ਮੈਂ ਤੈਨੂੰ ਉਦੇ ਵੀ ਦੱਸਿਆ ਸੀਗਾ, ਆਪਣੇ ਸਾਹਮਣੇ ਮਾਫੀਆ ਮੰਗਦੀ ਸੀ, ਤੇ ਜਦੋਂ ਪ੍ਰਗਟ ਆ ਗਿਆ ਤੇ ਵੀਰਪਾਲ ਆ ਗਿਆ, ਉਦੋਂ ਹੋਰ ਹਿਸਾਬ ਨਾਲ ਹੋ ਗਈ। ਲੈ ਉਹ ਦੇਖ ਲਾ, ਗੱਲ ਤਾਂ ਐ ਨੀ ਵੀ ਇੱਕ ਮਿੰਟ ਚ ਬੰਦਾ ਕਿਵੇਂ ਬਦਲ ਸਕਦਾ ਹੈ। ਇਹੀ ਤਾਂ ਰੌਲੇ ਐ, ਖਬਰਾਂ ਉਹ ਮਾਈ ਮਾਂ ਨੂੰ ਸਿਖਾਈ ਜਾਂਦੀ ਹੋਈ ਵੀਰਪਾਲ ਜੀ ਉਹੀ ਗੱਲਾਂ। ਮੈਂ ਤਾਂ ਕਹਿੰਦਾ ਅਸੀਂ ਘਰ ਆਪਾਂ ਚੱਲਦੇ ਹਾਂਗੇ, ਚੱਲ ਤੂੰ ਰਹਿਣ ਦੇ ਤੇ ਮੈਂ ਰੋਟੀ ਖਾ ਕੇ ਨਾ ਮੈਂ ਪੁੱਛਦਾ ਤਾਏ ਨੂੰ ਫਿਰ ਵੀ ਕਿੱਥੋਂ ਚੱਲੀ। ਹਾਂ ਦਾਦਾ, ਜੱਥ ਨਹੀਂ ਚੱਲਦੇ ਜਾਂ ਕੱਲ੍ਹ ਨੂੰ ਜਾਂਦੇ ਹਾਂ ਫਿਰ। ਮੋਟਰਸਾਈਕਲ ਲੈ ਜਾਓ, ਬੱਸਾਂ ਉਹ ਤਾਂ ਬਗ ਜਾਏ, ਮੋਟਰਸਾਈਕਲ ਤੇ ਜਾਵਾਂਗੇ। ਫਿਰ ਅਸਲ ਚ ਨਾ ਉਹੀ ਗੱਲ ਹੈ ਇਹ ਨਾ, ਟੁੱਟਵਾਂ ਜਾਂ ਪਿੰਡਾਂ ਹੋਰ ਪਾਸੇ ਹੀ ਹੈ, ਬਗਾਨਿਆਂ ਦੀ ਚੱਕ ਤੈਨੂੰ ਪਤਾ, ਫਿਰ ਇਹ ਮਾਰ ਦਿੰਦੀ ਹੁੰਦੀ ਹੈ ਫਿਰ ਉਹੀ ਗੱਲ। ਆਪਣਾ ਪ੍ਰਗਟ ਨੇ ਵੀਰਪਾਲ ਨੂੰ ਸਿਖਾਇਆ ਹੈ ਕਿ ਵੀਰਪਾਲ ਨੇ ਸਾਰਾ ਕੁਝ ਮਾਂ ਨੂੰ ਸਿਖਾਇਆ, ਸਮਝ ਨਹੀਂ ਆਉਂਦੀ ਯਾਰ। ਵੀਰ ਹੁਣ ਆਪਾਂ ਪਤੀ ਨਹੀਂ ਕਿਹਨੇ ਤਾਂ ਸਾਰੇ ਪਿੰਡ 'ਚ ਥੂ ਥੂ ਕਰਾਤੀ, ਹੁਣ ਆਪਾਂ ਅੱਡ ਕਰਾਤੇ ਦੇਖ ਲਾ। ਚੱਲ ਇਹ ਤਾਂ ਸਬੱਬ ਆਪਣਾ ਵਧੀਆ ਰਿਹਾ, ਆਪਾਂ ਮਿਲ ਗਏ ਇਕੱਠੇ ਦੁਆਰੇ। ਗਲਤ ਗੱਲ ਆ ਯਾਰ, ਬੜਾ ਦੋ ਦਿਨ ਹੋ ਗਏ ਹੁਣ ਕੰਮ ਤੇ ਵੀ ਨਹੀਂ ਗਿਆ। ਕੰਮ ਤੇ ਜਾਵੇਂ ਕਿਥੇ, ਘਰੇ ਨਹੀਂ ਮੂੰਹ ਸਿਰ ਕੋਈ, ਜੇ ਘਰੇ ਮੂੰਹ ਸਿਰ ਹੋਊ ਫੇਰ ਕੰਮ ਤੇ ਲੱਗੂ। ਹੁਣ ਮੈਂ ਖੇਤ ਪਾਇਆ, ਮੇਰਾ ਖੇਤ ਕਿਹੜਾ ਜੀ ਲਾ ਕੰਮ ਨਹੀਂ। ਇੱਧਰ ਸਾਰਾ ਦਿਨ ਬਿਟਕਦਾ ਉਧਰ ਰਹਿੰਦੀ ਹੈ, ਕੀ ਹੋਈ ਜਾਂਦਾ ਕਿਤੇ ਕੋਈ ਆ ਜਾਂਦਾ, ਕਿਤੇ ਕੋਈ ਆ ਜਾਂਦਾ, ਕਿਤੇ ਕੋਈ ਗੱਲ ਸੁਣਾਉਂਦਾ, ਕੋਈ ਸੁਣਾਉਂਦਾ ਨਾ। ਘਰ ਚੋਂ ਕਲੇਸ਼ ਨਿਕਲਦਾ ਨਾ ਬਿਮਾਰੀ ਨਿਕਲਦੀ ਆ। ਹੁਣ ਦੋਨੇ ਉਹ ਪਹਿਲਾਂ ਉਹ ਜੀਤ ਠੀਕ ਹੋਈ ਤੇ ਹੁਣ ਆ ਦੇਖ ਲਾ। ਹੋਰ ਇੱਕ ਦੋਨੇ ਤੈਨੂੰ ਪਤਾ ਕੰਜਰਖਾਨਾ ਭੈਂਜਾ ਲੱਗਣ ਨੂੰ ਥਾਂ ਹੈ। ਬਾਕੀ ਬੜਾ ਵੱਡੇ ਕੰਮ ਹੈ, ਲੋਕਾਂ ਦੇ ਬਾਹਲੀਆਂ ਗੱਲਾਂ ਕਰਦੇ ਲੋਕ, ਕਿਤੇ ਕੁਛ ਕਰੀ ਜਾਂਦਾ ਕੋਈ ਕੋਈ ਆ ਕੇ ਰਹਿ ਭੈਣਦੇ ਰਹਿ ਦੇਣਗੇ, ਜਿਵੇਂ ਕੋਈ ਪਤਾ ਨੀ ਬਗੈਰ ਫਾਦਰ ਤੂੰ ਰਹਿ ਬੜਾ ਐ ਕਰ ਲਓ ਤੁਸੀਂ ਫਲਾਣ, ਜਿਵੇਂ ਐਂ ਸੌਖੀ ਹੁੰਦਾ ਤੁਸੀਂ ਐਂ ਕਰ ਲਓ, ਉਹਦੀ ਕੁੜੀ ਦੀ ਕੀ ਜ਼ਰੂਰਤ ਆ, ਉਹਨੂੰ ਐਂ ਲਿਆਓ ਫਲਾਣਾ ਲਿਆਓ, ਐਂ ਦੇਖਦੇ ਨੂੰ ਜਿਹੜੇ 4 ਕਿੱਲੇ ਸਾਡੇ ਕੋਲ ਹੈਗੇ ਆ 2 ਕਿੱਲੇ, ਇਹ ਕੁੜੀ ਨੇ ਮਾਂ ਨੇ ਨਾ ਹੀ ਕਰਵਾਤੇ ਤੇ ਫਿਰ ਦੱਸ ਕੀ ਕਰ ਲਾਂਗੇ। ਇਹਦਾ ਬੜਾ ਪੰਗੇ ਹੁੰਦੇ ਆ ਯਾਰ, ਇਹ ਕਿਹੜਾ ਥੋੜੇ ਪੰਗੇ ਆ, ਅਸਲ ਤਾਂ ਜ਼ਮੀਨ ਹੀ ਅਸਲ। ਮੈਂ ਪਹਿਲੀਆਂ ਚੋਦੇ ਮੈਂ ਉਦੋਂ ਤੈਨੂੰ ਆਖਿਆ ਸੀ ਹੁਣ ਲਵਾ ਲਾ ਉਹ ਜ਼ਮੀਨ ਲਵਾ ਲਾ, ਪਰ ਤੂੰ ਕਹਿੰਦਾ ਕਿੱਧਰੇ ਜਾਂਦੀ ਹੈ ਜ਼ਮੀਨ ਮਾਂ। ਚੱਲ ਕੋਈ ਨਹੀਂ, ਮੈਂ ਤਾਂ ਤੈਨੂੰ ਮੈਂ ਤੈਨੂੰ ਆਪਦੀ ਵੀ ਹੋਈ ਗੱਲ ਹੋਈ ਕਹਿਣਾ ਗਾ ਵੀ ਮੈਂ ਹਟ ਜਾਣਾ ਕੰਮ, ਇਹ ਤਾਂ ਆਪਾਂ ਜ਼ਮੀਨ ਠੇਕੇ ਤੇ ਲੈ ਕੇ ਆਪਾਂ ਇਕੱਠੇ ਕਰ ਲਿਆ ਕਰਾਂਗੇ, ਨਹੀਂ ਤਾਂ ਉਹਨਾਂ ਭਾਈਆਂ ਨੂੰ ਕੋਈ ਇੰਤ ਨਹੀਂ ਲੜਵਾ ਦੂਗਾ। ਹੁਣ ਤੂੰ ਇਕੱਲਾ ਖੇਤ ਉਹਨਾਂ ਸਾਰਿਆਂ ਨੂੰ ਤੂੰ ਸੋਚੀ ਜਾਂਦਾ, ਮੈਂ ਉੱਥੇ ਬੈਠਾ ਮੈਂ ਸੋਚੀ ਜਾਂਦਾ ਰਹਿੰਦਾ। ਮੈਂ ਉਦੋਂ ਵੀ ਇਹਨਾਂ ਦੇ ਜਿਹੜਾ ਰਿਸ਼ਤੇਦਾਰ ਹੁੰਦਾ, ਜੇ ਤੂੰ ਸੱਚ ਪੁੱਛੀ ਜੋ ਬਾਪੂ ਦੀ ਆਪਣੀ ਡੈਥ ਹੋ ਗਈ ਸੀ, ਉਦੋਂ ਵਿੱਚ ਦੋ ਰਿਸ਼ਤੇਦਾਰ ਚੰਗੇ ਸੀ, ਉਹਨਾਂ ਨੇ ਕਹਿਤਾ ਸੀ ਵੀ ਜਵਾਕਾਂ ਦੇ ਨਾਲ ਜ਼ਮੀਨ ਕਰਾ ਦੇ, ਮਾਤਾ ਨੂੰ ਕਹਿੰਦੇ ਸੀ ਵੀ ਤੂੰ ਕੀ ਕਰਾਉਣੀ ਹੈ। ਉਦੋਂ ਵਿੱਚ ਬੰਦੇ ਭੈਣ ਦੇ ਕਹਿਤੇ ਹੀ ਸੀ, ਮੋਟਰਸਾਈਕਲ ਲੈ ਜਾ ਬਸ ਚੜਾ ਕੇ ਲੈ ਜਾਣ।
ਚਲ ਫਿਰ ਵੀ ਕਰਿਓ ਤਾਂ ਐ ਪੁੱਛ ਲਈਏ ਵਿਹਲਾ, ਚਲ ਫੋਨ ਤੇ ਪੁੱਛ ਲੈਣਾ ਉਹਨੂੰ ਵੀ ਵਿਹਲਾ ਹਾਂ ਵੀ ਜਾ ਨਹੀਂ ਕੇ, ਉਹ ਉਹਨੇ ਕੀ ਕਰਨਾ ਹੈ ਆਹੋ ਕਿਹੜਾ ਮਾਂ ਦਾ ਮੂੰਹ ਤਾਂ ਸੁੰਘੀ ਜਾ ਕੇ, ਮੁੜ ਕੇ ਉਹਨਾਂ ਦਾ ਸਵਿਚ ਆਫ ਕਰੀ ਬੈਠੇ, ਸਾਰੇ ਫੋਨ ਆਪਣੇ ਫੋਨ ਬਲੌਕ ਲਿਸਟ 'ਚ ਪਾਈ ਬੈਠੇ ਆ, ਇਹਦਾ ਕੋਈ ਹੱਲ ਹੀ ਹੈ ਨਹੀਂ ਹੁਣ, ਦੱਸ ਕੀ ਕਰ ਲਾਂਗੇ। ਚੱਲ ਫਿਰ ਤੂੰ ਕਿਹੜਾ ਲੈ ਬੜਕਾ, ਚੱਲ ਮੈਂ ਰੋਟੀ ਖਾਂਦਾ ਫਿਰ ਮੈਂ ਖਾ ਕੇ, ਹਾਂ ਬੜਕ ਲੈ ਕੇ ਵਗ ਜਾ, ਚੰਗਾ ਰੋਟੀ ਖਾ ਲਾ ਜਾਣਾ ਦੋ ਭਰਾ, ਰੋਟੀਆਂ ਲੱਗਣੀਆਂ ਚੰਗੀਆਂ ਲੱਗਣਗੀਆਂ ਤੈਨੂੰ, ਚੱਲ ਢੱਡ ਤਾਂ ਭਰਨੇ ਪਊਗਾ ਨਾ। ਹੋਰ ਚੱਲ ਆਪਾਂ ਵੀ ਉੱਠ ਕੇ ਯਾਰ ਮਾਲ ਪਸ਼ੂ ਦਾ ਕਰ ਪਰਾਂ ਨਾ, ਮੈਂ ਤਾਂ ਸਰਦਾ ਨਹੀਂ ਹੁਣ, ਕੰਮ ਤਾਂ ਕਰੇ ਤੂੰ ਸਰੂਆ। ਰੋਟੀਆਂ ਵੀ ਬਣ ਗਈਆਂ, ਹੁਣ ਨਾ ਜੀਤ ਨੂੰ ਕਹਿਣੀ ਆ ਵੀ ਜੀਵਨ ਨੂੰ ਰੋਟੀ ਫੜਾ ਦੇ। ਮੈਨੂੰ ਫਿਰ ਕੋਈ ਬਣ ਗਈ ਬਣੀ ਰੋਟੀ? ਹਾਂ ਰੋਟੀ ਬਣ ਗਈ ਤੇ ਸਬਜ਼ੀ ਵੀ ਬਣੀ ਪਈ ਆ, ਮੈਂ ਤੈਨੂੰ ਆਏ ਕਹਿੰਦੀ ਸੀ। ਉਹ ਤਾਂ ਗਾਲ ਕਰੀ ਜਾਂਦਾ, ਕਹਿੰਦਾ ਮੈਂ ਤਾਏ ਕੋਲੇ ਜਾਣਾ ਗਾ, ਮੈਂ ਕਿਹਾ ਚੱਲ ਮੈਂ ਲਿਆਉਣੀ ਆ ਰੋਟੀ ਪਾ ਕੇ। ਤਾਏ ਕੋਲੇ ਤਾਂ ਜਾਇਆ ਆ ਤੇ ਮੈਨੂੰ ਤਾਂ ਆ ਕੇ ਹੋਰ ਹੀ ਗੱਲ ਦੱਸੀ ਆ ਉਹਨੇ। ਤੇ ਮੈਨੂੰ ਕਹਿੰਦਾ ਭਾਬੀ ਤੇ ਆਪਣੀ ਵੀਰਪਾਲ ਕਹਿੰਦਾ ਕਚਹਿਰੀਆਂ ਚ ਫਿਰਦੀ ਸੀ, ਜ਼ਮੀਨ ਦਾ ਪਤਾ ਕਰੀ ਜਾਂਦੀ ਸੀ। ਮੈਂ ਉਹੀ ਗੱਲ ਕਹਿੰਦੀ ਸੀਗੀ, ਮੈਂ ਉਦੋਂ ਉਧਰ ਫਿਰਦੀ ਸੀ, ਮੈਂ ਆਖਿਆ ਮੈਂ ਤਾਂ ਭੈਣ ਨੂੰ ਦੱਸਿਆ ਨੀ ਗਾ ਤੇ ਉਹ ਬਿਮਾਰ ਹੈ ਕਿ ਕਾਹਨੂੰ ਇਹੋ ਜਿਹੀ ਗੱਲ ਕਰਨੀ ਹੈ ਲਿਸੀ ਲਾਮੀ ਜੀ, ਤੇ ਉਹ ਤਾਂ ਤੇਰੇ ਕੋਲ ਸਾਰੀ ਗੱਲ ਦੱਸੀ ਜਾਵੇ। ਹੋਰ ਮੇਰੀ ਗੱਲ ਸੁਣ, ਮੈਨੂੰ ਤਾਂ ਸਾਰਾ ਕੁਛ ਦੱਸਤਾ। ਮੈਨੂੰ ਕਹਿੰਦਾ ਭਾਬੀ ਤੈਨੂੰ ਬਾਈ ਨੇ ਦੱਸਿਆ ਨੀ? ਮੈਂ ਨਾ ਬਈ ਮੈਨੂੰ ਤਾਂ ਨੀ ਦੱਸਿਆ। ਕਹਿੰਦਾ ਤੈਨੂੰ ਤਾਂ ਨੀ ਦੱਸਿਆ ਵੀ ਤੂੰ ਬਿਮਾਰ ਸੀ? ਮੈਂ ਕਿਹਾ ਕੋਈ ਨਾ, ਇਹ ਮਰਦੀ ਥੋੜੀ ਸੀ ਮੈਂ। ਨਹੀਂ ਮੈਂ ਉਹੀ ਗੱਲ ਕਰਦੀ ਹਾਂ ਵੀ ਚੱਲ ਸੋਨੇ ਦੇ ਤਾਂ ਇਹੋ ਜਿਹਾ ਕੁਛ ਕਰਦਨੇ ਹੀ ਸੀ ਹਨਾ, ਵਾਧੇ ਘਾਟੇ ਤੇ ਗਾਹ ਰੇਲਾ, ਹੁਣ ਤੂੰ ਥੋੜੇ ਥੋੜੇ ਤੇ ਜ਼ਮੀਨ ਤੇ ਵੀ ਪਹੁੰਚ ਗਈ ਆ। ਹੋਰ ਤਾਏ ਨੇ ਰਾਏ ਦਿੱਤੀ ਆ, ਕਹਿੰਦਾ ਭਾਈ ਆਪਦੀ ਮਾਂ ਨੂੰ ਲਿਆਓ ਜਾ ਕੇ, ਵੀ ਉਹ ਤਾਂ ਹੀ ਕਰਾਉਂਦੀ ਫਿਰਦੀ ਆ ਤੇ ਕੁੜੀ। ਨਾ ਉਹ ਜੀਵਨ ਤੇਰੇ ਬਾਈ ਨੂੰ ਕਹੀ ਜਾਂਦਾ ਸੀ, ਕਹਿੰਦਾ ਮੈਂ ਜਾ ਕੇ ਮਾਂ ਨੂੰ ਲੈ ਕੇ ਆਨਾ, ਮੈਂ ਰੋਟੀ ਖਾਣਾ। ਤੇ ਬਾਈ ਨੇ ਕੀ ਕਹਿਤਾ? ਬਾਈ ਨੇ ਕਹਿਤਾ ਵੀ ਤੂੰ ਜਾਵੜਾ, ਮੈਂ ਤੈਨੂੰ ਆਏ ਕਹਿੰਦੀ ਆ ਵੀ ਜੇ ਮੈਂ ਉਹਨੂੰ ਕਹੂੰਗੀ ਜੀਵਨ ਨੂੰ ਵੀ ਤੂੰ ਨਾ ਜਾ, ਫਿਰ ਮੈਨੂੰ ਆਏ ਆਖੂਗਾ ਵੀ ਭਾਬੀ ਮੈਨੂੰ ਰੋਕਦੀ ਆ, ਮੈਂ ਤੈਨੂੰ ਆਏ ਕਹਿੰਦੀ ਸੀ ਵੀ ਇੱਕ ਅੱਧਾ ਦਿਨ ਆਪਾਂ ਹੋਰ ਦੇਖ ਲੈਣੇ। ਤੂੰ ਬਾਈ ਨੂੰ ਕਹਿ ਦੀ, ਬਾਈ ਨੂੰ ਤਾਂ ਮੈਂ ਕਹਿ ਹੀ ਦਊ, ਮੇਰੀ ਗੱਲ ਸੁਣ, ਜੇ ਹੁਣ ਤੂੰ ਜੀਵਨ ਨੂੰ ਐਂ ਕਹਿ ਦੇਂਗੀ ਵੀ ਇੱਕ ਅੱਧਾ ਦਿਨ ਆਪਾਂ ਹੋਰ ਵੇਖਦੇ ਹਾਂ ਵੀ ਕੀ ਪਤਾ ਵੀ ਕੀ ਕਰਦੀਆਂ ਕੀ ਨਹੀਂ। ਸਹੀ ਗੱਲ ਹੈ, ਕੀ ਪਤਾ ਇੱਥੇ ਆਵੇ ਕੁੜੀ, ਇਹ ਨੀ ਪਤਾ ਨੰਬਰ ਦਾ ਸਰਪੰਚ ਕੋਲ ਇੱਥੇ ਵੀ ਗੇੜਾ ਲਾਜੇ। ਬਾਕੀ ਉਹ ਭੋਲੇ ਕੀ ਕੁੜੀ ਨੇ ਦੱਸਤਾ ਫੋਨ ਕਰਕੇ, ਮੈਂ ਉਹ ਵੀ ਜੀਵਨ ਨੂੰ ਦੱਸਤਾ। ਉਹ ਕਹਿੰਦੀ ਵੀ ਬਾਈ ਇੱਕ ਦਿਨ ਜ਼ਰੂਰ ਇਹ ਮੰਡੀ ਗਈਆਂ ਤੇ ਉਦੋਂ ਬਾਅਦ ਤਾਂ ਕਹਿੰਦਾ ਇਹ ਘਰੇ ਹੀ ਹੁੰਦੀਆਂ ਤੇ ਪ੍ਰਗਟ ਖੇਤ ਜਾਂਦਾ, ਖੇਤੋਂ ਹਰਾ ਲੈ ਕੇ ਘਰੇ ਆ ਜਾਂਦਾ। ਬਾਈ ਨੇ ਵੀ ਗਲਤੀ ਕੀਤੀ ਹਨਾ, ਹੁੰਦਾ ਜਦੋਂ ਦੇਖ ਹੀ ਲਈਆਂ ਸੀ, ਚੱਲ ਮਾਂ ਨੂੰ ਤਾਂ ਬੁਲਾ ਹੀ ਦਿੰਦਾ, ਉਹੀ ਗੱਲ ਉਹਦੇ ਵਾਲਾ ਗੁੱਸਾ ਜਿਹਾ ਉਹਦੇ ਮਨ ਚ ਹੋਊਗਾ ਹਨਾ। ਹੋਰ ਨਾਲੇ ਤੈਨੂੰ ਮੈਂ ਹੋਰ ਗੱਲ ਦੱਸਾਂ, ਹੁਣ ਤਾਂ ਜੀਵਨ ਪਛਤਾਈ ਜਾਂਦਾ, ਕਹਿੰਦਾ ਭਾਬੀ ਆਪਾਂ ਕਰੀ ਗਲਤੀ, ਕਹਿੰਦਾ ਜਦੋਂ ਆਪਾਂ ਨੂੰ ਸਿਆਉਣੇ ਦਾ ਪਤਾ ਲੱਗ ਗਿਆ ਸੀ ਆਪਾਂ ਕਹਿੰਦਾ ਮਾਂ ਨੂੰ ਅੰਦਰ ਨਹੀਂ ਬੈਠਣ ਦੇਣਾ ਸੀ, ਕੋਲੇ ਬੈਠਣਾ ਸੀ। ਮੈਂ ਕਿਹਾ ਭਾਈ ਹੁਣ ਮੇਰੀ ਗੱਲ ਸੁਣ, ਜਿਹੜੀ ਗੱਲ ਹੋ ਗਈ ਹਵਾ ਗਈ, ਹੁਣ ਉਹ ਗੱਲ ਕਰੀਦਾ, ਦੇੜਨ ਦਾ ਫਾਇਦਾ ਹੀ ਨਹੀਂ ਭੈਣੇ। ਉਹ ਤਾਂ ਦੇੜਨ ਦਾ ਫਾਇਦਾ ਨਹੀਂ, ਨਾਲੇ ਮੇਰੀ ਗੱਲ ਸੁਣ ਜੀਤ, ਤੇ ਆਹ ਰੋਟੀ ਬਣੀ ਪਈ ਹੈ। ਕੋਈ ਨਾ ਰੋਟੀ ਤਾਂ ਮੈਂ ਫੜਾ ਨਹੀਂ ਹੈ। ਲੈ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਹੈ, ਜਦੋਂ ਇੱਥੇ ਮਾਂ ਆ ਵੀ ਗਈ, ਬਾਈ ਨੂੰ ਸਮਝਾਈਏ ਮਾੜਾ ਮੋਟਾ ਵੀ ਐਵੇਂ ਨਾ ਉੱਚਾ ਨੀਵਾਂ ਬੋਲਣ ਲੱਗੇ, ਬਾਈ ਤਾਂ ਕੰਨਾਂ ਦੇ ਕੀੜੇ ਕੱਢਦਾ, ਕਿਤੇ ਫੇਰ ਉਹ ਕੁੜੀ ਦਾ ਆਪਣੀ ਦਾ ਇਹ ਜਿਹਾ ਸੁਭਾਅ ਹੀ ਹੈ, ਮੋੜ ਕੇ ਕਹਿੰਦੇ ਚੱਲ ਮਾਂ। ਹੋਰ ਮੈਂ ਉਹ ਆਖਿਆ, ਮੈਂ ਕਿਹਾ ਵੇਖ ਮੈਂ ਤੈਨੂੰ ਵਾਪਸ ਹੀ ਲੈ ਜਾਣੀ ਹੈ, ਆਪਾਂ ਤਾਂ ਕੋਈ ਮਾਂ ਕੱਢੀ ਨੀ। ਹਾਂ ਉਹ ਤਾਂ ਆਪਦੇ ਆਪ ਲੈ ਕੇ ਗਏ ਆ। ਮੇਰੀ ਗੱਲ ਸੁਣ, ਅੱਜ ਲੋਕ ਕਹਿੰਦੇ ਆ 4 ਦਿਨਾਂ ਨੂੰ ਲੋਕਾਂ ਨੂੰ ਆਪ ਨੂੰ ਜਾਣਨ ਹੋ। ਹਾਂ ਵੀ ਗਲਤੀ ਕਿਹਦੇ ਚ ਸੀ, ਕਸੂਰ ਕਿਹਦਾ ਸੀਗਾ? ਸੱਚ ਤਾਂ ਆਪਾਂ 2-4 ਦਿਨ, ਮਹੀਨਾ, 20 ਦਿਨ, ਸਾਲ ਲੁਕੋ ਲਾਂਗੇ, ਉਦੋਂ ਬਾਅਦ ਸੱਚ ਸਾਹਮਣੇ ਆਉਂਦੀ ਆ। ਹਾਂ ਇਹ ਤਾਂ ਹੈਗਾ ਹੀ ਹੈ ਨਾ, ਇਹ ਤਾਂ ਲੁਕਿਆ ਨੀ ਰਹਿੰਦਾ ਭੈਣੇ। ਹੋਰ ਤੇ ਤੂੰ ਨਾ ਉਹਨੂੰ ਜੀਵਨ ਨੂੰ ਆਏ ਕਹਿ ਦੀ, ਆਖ ਤੂੰ ਆਪਦੇ ਕੰਮ ਕੰਨੀ ਜੋ 2-4 ਦਿਨ ਧਿਆਨ ਦੇ, ਹੁਣ ਨਾ 2 ਛੁੱਟੀਆਂ ਮਾਰ। ਹੋਰ ਹੁਣ ਅੱਜ ਫੇਰ ਦੇਖ ਲੈ, ਕੁੱਤੇ ਚਾਕ ਜੀ ਚੱਜ ਫੇਰ ਘਰੇ ਰਹਿ ਪਿਆ। ਉਹਨੂੰ ਐਂ ਕਹਿ ਆਖ ਭਾਈ ਵੀ ਕੋਈ ਨਾ ਵੀ ਜਿੱਦਣ ਤੈਨੂੰ 12 ਐਤਵਾਰ ਨੂੰ ਛੁੱਟੀ ਹੋਈ ਨਾ, ਉਦੋਂ ਜਾ ਕੇ ਲੈ ਦੋਨੋਂ ਜੀ ਜਾਇਆ। ਤੂੰ ਐਂ ਕਹਿ ਦੀ ਆਖ ਮੈਂ ਵੀ ਜਾ। ਹਾਂ ਚੰਗਾ, ਇੰਨੇ ਚੱਲ ਆਪਾਂ ਨੂੰ ਪਤਾ ਲੱਗ ਜੂ ਉਧਰੋਂ ਕੀ
ਹਨਾ ਮਿਲਦਾ ਹੈ ਹਾਂ ਤੂੰ ਸੋ ਹਾਂ ਸਾਰਾ ਕੁਝ ਪਤਾ ਲੱਗ ਜੂ ਬਾਕੀ ਆਇਆ ਜੇ ਹੁਣ ਮੈਂ ਜੀਵਨ ਨੂੰ ਕਹਿਣੀ ਆ ਉਹ ਮੈਨੂੰ ਆਇਆ ਆਖੂਗਾ ਵੀ ਭਾਬੀ ਨੇ ਮੈਨੂੰ ਰੋਕਦੀ ਹੈ ਚੱਲ ਕੋਈ ਨਾ ਮੈਂ ਕਹਿ ਦਿੰਦੀ ਆ ਪਾਜੀ ਜੀ ਨਾਲ ਕਹਿ ਦਿਆਂ ਕਿ ਜੀ ਨਾਲੇ ਮੈਂ ਪੇਕੀ ਜਾ ਆਉਂਗੀ ਇੰਨੇ ਨਾਲ ਮੰਨ ਜੂਗਾ ਹਾਂ ਅੱਛਾ ਹੀ ਓਹੋ ਉਹ ਤਾਂ ਫਿਰ ਮੈਂ ਤਾਂ ਇਹ ਸੋਚੀ ਬੈਠਾ ਸੀ ਮੈਂ ਜਦ ਅੱਜ ਜੱਥ ਨੇ ਜਾਇਆ ਹੁੰਦੇ ਜਾਂ ਕੱਲ ਨੂੰ ਜਾਇਆ ਹੁੰਦੇ ਉਹ ਹੈਪੀ ਨਾਲ ਤਾਂ ਕਰ ਲਈ ਸੀ ਰਹਿ ਮੈਂ ਹਾਂ ਕਰ ਲਈ ਸੀ ਅੱਛਾ ਚਲ ਠੀਕ ਹੈ ਫਿਰ ਕੱਲ ਨੂੰ ਵੀ ਨਹੀਂ ਹੈਗਾ ਟਾਈਮ ਤੇ ਕੋਈ ਅੱਛਾ ਅੱਜ ਕਿੰਨੇ ਵਜੇ ਜਾਣਾ ਹੈ ਤੂੰ ਅੱਛਾ ਤਿਆਰ ਹੋਇਆ ਬੈਠਾ ਹੈ ਆਏ ਫਿਰ ਅੱਧੇ ਘੰਟੇ 'ਚ ਤਾਂ ਕਿੱਥੇ ਕੰਮ ਲੋਟ ਆਉਂਦਾ ਹੈ ਤਾਂ ਘੱਟ ਤੋਂ ਦੋ ਤਿੰਨ ਘੰਟੇ ਦਾ ਕੰਮ ਹੈ ਘੰਟਾ ਤਾਂ ਜਾਣ 'ਤੇ ਲੱਗ ਜੂਗਾ ਚਲੋ ਠੀਕ ਹੈ ਫਿਰ ਦੇਖ ਲੈਂਦੇ ਹਾਂ ਭਾਈ ਤਾਂ ਤੂੰ ਹੀ ਰਾਏ ਦਿੱਤੀ ਸੀ ਤਾਂ ਕਰਕੇ ਅਸੀਂ ਤਾਂ ਫਿਰ ਤੇਰੇ ਪਿੱਛੇ ਲੱਗਣਾ ਚੰਗਾ ਜਾਇਆ ਫਿਰ ਕੋਈ ਗੱਲ ਨਹੀਂ ਚੰਗਾ ਠੀਕ ਹੈ ਚਲ ਮੈਂ ਇਕੱਲਾ ਜਾਇਆ ਆਉਣਾ ਠੀਕ ਹੈ ਚੰਗਾ ਜੀ ਕੀ ਕਹਿੰਦਾ ਤਾਈ ਉਹ ਤਾਂ 10 ਦਿਨ ਨਹੀਂ ਮੁੜਦਾ ਕੰਮ ਜਾ ਰਿਹਾ ਹੈਗਾ ਤੇ ਹੁਣ ਤੁਸੀਂ ਪੱਕਾ ਹੀ ਜਾਣਾ ਸੀਗਾ ਹਾਂ ਫਿਰ ਮੈਂ ਤਾਂ ਫਿਰ ਮੈਂ ਇਕੱਲਾ ਹੀ ਜਾਣਾ ਹੈਗਾ ਤੇ ਰੋਟੀ ਵੀ ਤਿਆਰ ਹੋਈ ਨਹੀਂ ਅਜੇ ਤੇ ਨਾ ਮੇਰੀ ਗੱਲ ਸੁਣੋ ਜੀ ਹੁਣ ਤੁਸੀਂ ਇਕੱਲੇ ਕਾਹਨੂੰ ਜਾਂਦੇ ਹੋਗੇ ਕਿਉਂ ਤੁਸੀਂ ਫਿਰ ਨਾ ਤਾਂ ਮੈਂ ਹੈਪੀ ਨਾਲ ਜਾ ਸਕਦਾ ਗਾ ਭਾਬੀ ਕਹਿੰਦੀ ਹੈ ਕਿ ਉਹ ਕਿਤੇ ਲੜ ਲੁੜ ਨਾ ਪਵੇ ਕਿਤੇ ਉੱਚਾ ਬੋਲੇ ਉੱਥੇ ਤੇ ਤਾਂ ਕਰਕੇ ਫਿਰ ਮੈਂ ਇਕੱਲਾ ਹੀ ਜਾਇਆ ਆਉਣਾ ਇੱਕ ਵਾਰੀ ਮੂੰਹ ਸੁੰਘਿਆ ਨਾ ਹੋਰ ਕੀ ਫਿਰ ਮੈਂ ਤੁਹਾਨੂੰ ਰਾਏ ਦਿੰਦੀ ਹੈ ਵੀ ਤੁਹਾਨੂੰ 2-3 ਦਿਨ ਹੋ ਗਏ ਐਵੇਂ ਦਿਨ ਵੇਸਟ ਕਰੀ ਜਾਂਦੇ ਹੋ ਤੁਸੀਂ ਤੁਸੀਂ ਕੱਲ ਨੂੰ ਤਾਂ ਜਾਇਓ ਉਹਦੇ ਕੰਮ ਤੇ ਅੱਛਾ ਹਾਂ ਜਿੱਦੇ ਬਾਹਰ ਐਤਵਾਰ ਹੋਇਆ ਉਹਦੇ ਨੇ ਤਾਂ ਆਪਾਂ ਪੇਕੀ ਮਿਲ ਆਉਂਗੀ ਮੈਂ ਤੇ ਨਾਲੇ ਆਪਾਂ ਮਾਂ ਨੂੰ ਲਿਆਵਾਂਗੇ ਆਹ ਗੱਲ ਵੀ ਤੇਰੀ ਸਹੀ ਹੈ ਹਨਾ ਹੋਰ ਲੈ ਤੁਸੀਂ ਇਕੱਲੇ ਕਾਹਨੂੰ ਜਾਓਗੇ ਦੋ ਤਿੰਨ ਛੁੱਟੀਆਂ ਹੋ ਗਈਆਂ ਆਉਣ ਲਾਲਾ ਵੀ ਹੋਰ ਉਂਝੇ ਕਰਦਾ ਗਾ ਮੇਰਾ ਤਾਂ ਜੀ ਨਹੀਂ ਕਰਦਾ ਮੈਂ ਤਾਂ ਹੈਪੀ ਨੂੰ ਕਿਹਾ ਸੀ ਆਪਾਂ ਖੇਤੂ ਕੋਈ ਕਰ ਲਿਆ ਕਰਾਂਗੇ ਰਲ ਮਿਲ ਕੇ ਚੱਲ ਕੋਈ ਨਾ ਜਿਵੇਂ ਅੱਗੇ ਹੋਊਗਾ ਉਵੇਂ ਦੇਖ ਲਾਂਗੇ ਕਿ ਰਾਹ ਸਾਲ ਤਾਂ ਪੂਰਾ ਕਰੋ ਆਹ ਚਲ ਆ ਦੇਖਦੇ ਹਾਂ ਹੋਰ ਹੁਣ ਫੜੇ ਧੜੇ ਆ ਸਾਰੇ ਲੈ ਜਾਣਗੇ ਚਲ ਦੇਖ ਮੈਂ ਸਾਰਾ ਹਿਸਾਬ ਕਿਤਾਬ ਹੋ ਜਾਊਗਾ ਚਲ ਆ ਵੀ ਠੀਕ ਆ ਫਿਰ ਆਪਾਂ 12 ਤੋਂ ਨੂੰ 12 ਤੋਂ ਅੱਜ ਕਰਾ ਗੋਡੇ ਰਹਿ ਗਏ 2-3 ਦਿਨ ਰਹਿ ਗਏ ਚਲ ਆਏ ਆ ਜੇ ਹੁਣ ਮੈਂ ਕੱਲੂ ਵੀ ਨਾ ਜਾਂਦਾ ਫਿਰ ਮੁੜ ਕੇ 12 ਦੁਬਾਰਾ ਆਇਆ ਫਿਰ ਤਾਂ ਪੂਰਾ ਹਫਤਾ ਮੇਰਾ ਇੱਥੇ ਹੀ ਲੰਘ ਜਾਂਦਾ ਮੈਂ ਬਾਕੀ ਆਏ ਆ ਜੇ ਤੁਸੀਂ ਇਕੱਲੇ ਜਾਓਗੇ ਮਾਂ ਦਾ ਇਹ ਨਹੀਂ ਪਤਾ ਤੁਹਾਡੇ ਨਾਲ ਆਵੇ ਜਾਂ ਨਾ ਆਵੇ ਇੱਥੋਂ ਪੂਰਾ ਲੜ ਕੇ ਤਾਂ ਗਈ ਹੈ ਬਸ ਉਹੀ ਤਾਂ ਪਤਾ ਕਰਨਾ ਹੈਗਾ ਤੇ ਮੈਂ ਤਾਂ ਸਮਾਂ ਦੀ ਬੇੜ ਬੜਿਆ ਕੇ ਲੈ ਵੀ ਆਉਂਗੀ ਚਲ ਦੇਖੀ ਜਾਓ ਚਲ ਲਿਆ ਰੋਟੀ ਫਿਰ ਦੇਖੀ ਜਾਓ ਰੋਟੀ ਤਾਂ ਬਣੀ ਪਈ ਆ ਲਿਆ ਦਿੰਦੀ ਆ ਚਲ ਹੈਪੀ ਨੂੰ ਵੀ ਕਹਿਣੀ ਫਿਰ ਵੀ ਜਾਂਦਾ ਨਹੀਂ ਹੈ ਬਾਈ ਚੰਗਾ ਆਹੋ ਚਲ ਆ ਤਾਂ ਵਧੀਆ ਰਹਿ ਦੇਤੀ ਹੁਣ ਸੋਂਗਾ ਦੀ ਹੁਣ 2 ਦਿਨ ਮੈਂ ਕੰਮ ਤੇ ਜਾਊਂਗਾ ਮੁੜ ਕੇ ਬਾਹਰ ਐਤਵਾਰ ਨੂੰ ਫਿਰ ਐਂ ਕਰਦੇ ਐਤਵਾਰ ਤੇ ਛੁੱਟੀ ਵੀ ਹੁੰਦੀ ਹੈ ਬਾਹਰ ਨੂੰ ਛੁੱਟੀ ਲੈ ਲੂੰਗਾ ਚਲ ਦੋਨੇ ਜਾ ਆਵਾਂਗੇ ਅਸੀਂ ਚਲ ਮਿਹਨਤ ਬਾੜੀ ਕਰ ਆਵਾਂਗੇ ਹੋਰ ਕੀ ਮਿਹਨਤ ਹੀ ਇਹੋ ਜਿਹੇ ਕੰਮ 'ਚ ਕੀ ਹੋਣਾਗਾ ਦੱਸ ਚਾਪਾ ਗਲ ਪਾ ਲਿਆ ਦੱਸ ਇਹੋ ਜਿਹਾ ਵੀ ਲੋਕਾਂ ਦੇ ਪਿੱਛੇ ਲੱਗਣੇ ਨਹੀਂ ਚਾਹੀਦਾ ਕਿਸੇ ਕਿੱਡੇ ਕਿੱਡੇ ਦਿਨ ਹੋਏ ਪਏ ਆ ਦਿਨ ਹੀ ਨਹੀਂ ਲੰਘਣ ਚਾਹੁੰਦੇ ਹੋਰ ਕੀ ਹੈ ਸਾਰਾ ਕੰਮ ਨਿਬੇੜ ਕੇ ਵਿਹਲੇ ਹੋ ਕੇ ਬਹਿ ਜਾਂਦੇ ਦੋਨੇ ਜਾਣੀ ਮਾਮਾ ਧੀਆਂ ਕੋਈ ਨਹੀਂ ਆਇਆ ਟਾਈਮ ਜਾਂ ਨਹੀਂ ਲੰਘਦਾ ਹੈਗਾ ਕਿੰਨਾ ਕੁ ਟਾਈਮ ਬੰਦਾ ਫੋਨ ਵੀ ਦੇਖੀ ਜਾਵੇ ਹਨਾ ਮਾਂ ਹਾਂ ਆ ਤੁਹਾਡੇ ਰੇਡੂਏ ਚ ਬੋਲੀ ਜਾਂਦੀ ਸੀ ਕਹਿੰਦੇ ਮਸ਼ੀਨਾਂ ਸਿਖਾਉਣ ਵਾਲੀ ਆਈ ਆ ਉੱਥੇ ਲੱਗ ਜਾਂਦੀ ਉਹਦਾ ਸਿਲਾਈ ਸੈਂਟਰ ਆਇਆ ਅੱਛਾ 2 ਮਹੀਨੇ ਹੀ ਲੱਗਣਾ ਬਸ ਤੇ ਫਿਰ 2 ਮਹੀਨੇ ਲੀੜੇ ਸਿੱਖ ਲਾ ਪੁੱਤ ਵਧੀਆ ਹੋ ਜਾਊਗਾ ਉਹ ਪ੍ਰਗਟ ਕਿੱਥੇ ਤੋਰੂਗਾ ਮਾਂ ਮੈਨੂੰ 2 ਮਹੀਨੇ ਸਿਲਾਈ ਸੈਂਟਰ ਕਹੂਗਾ ਰਹਿਣ ਦੇ ਬਸ ਕੁੜੇ ਪੁੱਤ ਉਹਨੇ ਦਾ ਸੂਟ ਹੁੰਦਾ ਉਹਨੇ ਪੈਸੇ ਲੱਗ ਜਾਂਦੇ ਸਮਾਈ ਦੇ ਤੇ ਜੇ ਸਿਉਣ ਲੱਗ ਜਾਂਦੀ ਸੰਗਾ ਵਧੀਆ ਆਪਦੇ ਸਿਉਂ ਕੇ ਪਾਏ ਜਾਂਦੇ ਆ ਘਰੇ ਹਾਂ ਗੱਲ ਤਾਂ ਸਹੀ ਆ ਮਾਂ ਗਰਮੀਆਂ ਗਰਮੀਆਂ ਵਾਲੇ ਚੱਲ ਬੰਦਾ ਸਿਉਂ ਸਿਉਂ ਕੇ ਪਾ ਲੈਂਦਾ ਤੇ ਹੋਰ 250 ਦਾ ਸੂਟ ਹੁੰਦਾ 250 ਸਮਾਈ ਲੱਗ ਜਾਂਦੀ ਹੈ ਪੁੱਛੂਗੇ ਜੇ ਆ ਗਏ ਹਾਂ ਪੁੱਛ ਕੇ ਦੇਖ ਲੂ ਜੇ ਕੀ ਪਤਾ ਲਾ ਦੇਣ ਤਾਂ 250 ਲੱਗ ਜਾਂਦਾ ਹੈਗਾ ਰੁਪਈਆਂ ਦਾ ਤਾਂ ਹੁਣ ਤੋੜਾ ਕਿੱਥੇ ਹੈਗਾ ਰੁਪਈਏ ਵਾਧੂ ਦੇ ਪੁੱਤ ਛੂਟਾਂ ਦੀ ਗੱਲ ਕਰਦੇ ਸੀਗਾ ਰੇਡੂਏ 'ਚ ਬੋਲੇ ਸੀ ਤੁਹਾਡੇ ਇੱਥੇ ਕਹਿੰਦੇ ਲੀੜੇ ਸਿਖਾਉਂਦੀਆਂ ਕਿ ਅੱਛਾ ਹਾਂ ਮੈਂ ਇਹ ਕਿਹਨੂੰ ਕਹਿੰਦੀ ਸਮਾਹ ਤੂੰ ਲੱਗ ਜਾ ਸਿੱਖ ਮੰਮੀ ਤਾਂ ਐਂ ਕਹਿੰਦੀ ਸੀ ਕਹਿੰਦੀ ਤੂੰ ਸਿੱਖਣ ਲੱਗ ਜਾ
ਅੱਛਾ ਲੱਗ ਜਾ ਫਿਰ ਸਿੱਖਣ, ਇਹਦੇ ਚ ਕੀ ਵੱਡੀ ਗੱਲ ਹੈਗੀ, ਲੱਗੂਗੀ ਹੁਣ। ਮੈਂ ਤੁਹਾਨੂੰ ਮੈਂ ਆਈ ਪੁੱਛੀ ਜਾਂਦੀ ਸੀ ਮੰਮੀ ਨੂੰ, ਸਿਖਾਉਣ ਵਾਲੀਆਂ ਰੱਖ ਲਾ ਭਾਵੇਂ, ਜੋ ਰੁਪਈਆ ਤਾਂ ਵਿਆਮ ਆਪਣੇ ਕੋਲੇ, ਰੁਪਈਆ ਤਾਂ ਕਿਤੇ ਥੋੜਾ ਹੈਗਾ ਵੇ ਪੁੱਤਰ। ਵੀ ਮਜ਼ਾਕ ਕਰੀ ਕਿੱਦੇ ਸੀ ਤੁਸੀਂ, ਔਖੇ ਕਿੱਦੇ ਸੀ, ਰੁਪਈਆ ਤਾਂ ਮਜ਼ਾਕ ਕਰਨ ਦੀ ਆਦਤ ਮਾ, ਉਹੀ ਮਜ਼ਾਕ ਕਰੀ ਜਾਂਦਾ ਤਾਂ। 10-10 ਤੋਲਿਆਂ ਦੀਆਂ ਤਾਂ ਅਸੀਂ ਵਰਦੀਆਂ ਲਿਆਉਣੇ ਆ ਗਏ ਮਾ ਜਵਾਕਾਂ ਨੂੰ ਪਾਉਣ ਵਾਲੀਆਂ। ਉਹ ਤਾਂ 10-10 ਤੋਲਿਆਂ ਦੀਆਂ ਵਰਦੀਆਂ ਕਿਵੇਂ, ਵੀਰਪਾਲ ਨੂੰ ਪੁੱਛ ਲੈਣ ਪਤਾ ਹੀ ਹੋਊ, ਲੈ ਕੇ ਤਾਂ ਆਈਏਗੀ ਹੁਣ ਜਾ ਕੇ। ਮੈਂ ਤਾਂ ਬਲਕਾਰਨੇ ਦੀ ਬਹੂ ਨਾਲ ਗਈ ਸੀ, ਮੈਂ ਥੋੜੀ ਲੈ ਕੇ ਆਈ, ਆਪਣੇ ਕਿਹੜਾ ਕੋਈ ਜਵਾਕ ਆ ਵੀ ਜਿਹੜਾ ਪੜਦਾ ਗਾ। ਵਰਦੀਆਂ ਤਾਂ ਉਹ ਲਈ ਆ। ਹਾਂ ਉਹ ਲਈ ਆ ਮਾ, ਪਤਾ ਨਹੀਂ ਇਹਨੂੰ ਕੀ ਸਮਝੇ। ਤੁਹਾਨੂੰ ਕੀ ਵਰਦੀ ਸੁਨਹਿਰਾ ਨੇ ਦੁਕਾਨ ਤੋਂ, ਕੀ ਕਹਿਣ ਦਾ ਮਤਲਬ ਕੀ ਆ ਤੁਹਾਡਾ? ਕਹਿਣ ਦਾ ਮਤਲਬ ਤਾਂ ਸਾਫ਼ ਸਾਫ਼ ਹੈ, ਤੁਹਾਨੂੰ ਵੀ ਪਤਾ ਹੀ ਹੈ ਕੀ ਕਰਕੇ ਆਈ ਹੈ ਕੀ ਨਹੀਂ ਕਰਕੇ ਆਈ। ਵਰਦੀਆਂ ਲੈ ਕੇ ਆਈ ਹੈ ਕਿ ਸੋਨੇ ਦੇ 10 ਤੋਲੇ ਗਹਿਣੇ ਧਰ ਕੇ ਆਈ ਹੈ ਇੱਥੇ? ਮੈਂ ਤੁਹਾਨੂੰ ਕੌਣ ਕਹਿੰਦਾ, ਤੂੰ ਮੈਨੂੰ ਕੀ ਨੇ ਕਹਿਣਾ ਹੈਗਾ। ਤੂੰ ਘੱਟੋ ਘੱਟ ਜੇ ਐਡੀ ਸਕੀਮ ਲੜਾਈ ਸੀ, ਮਾੜਾ ਮੋਟਾ ਹੋਰ ਵੀ ਦਿਮਾਗ ਲੜਾ ਰਹਿੰਦੀ, ਉਹ ਸੁਨਿਆਰੇ ਕੋਲੇ ਜਾਂਦੀ ਜਿਹਦੇ ਕੋਲੇ ਆਪਾਂ ਕਦੇ ਆਏ ਗਏ ਨਾ ਹੁੰਦੇ। ਅਗਲੇ ਨੇ ਨਾਲ ਦੀ ਨਾਲ ਫੋਨ ਘੁਮਾਇਆ ਮੇਰੇ ਕੋਲੇ ਵੀ ਸੋਨੂੰ ਕੀ ਲੋੜ ਪੈ ਗਈ ਇੰਨੇ ਪੈਸਿਆਂ ਦੀ, ਜਿਹੜਾ ਤੁਸੀਂ ਸੋਨਾ ਤਰੀ ਜਾਨੇ। ਸੋਨਾ ਕਿੱਥੋਂ ਆ ਗਿਆ ਸੋਨਾ? ਸੋਨਾ ਤਾਂ ਸਾਰਾ ਉਹੀ ਪਿਆਗਾ, ਤੁਹਾਨੂੰ ਮੈਂ ਤੁਸੀਂ ਮੈਨੂੰ ਪੁੱਛਿਆ ਵੀ ਸੀ, ਮੈਨੂੰ ਦੱਸ ਵੀ ਦਿੱਤਾ ਸੀ ਵੀ ਲੋਕਰ 'ਚ ਪਿਆ ਸੋਨਾ ਤਾਂ ਆਪਣਾ। ਚੋਰੀਆਂ ਚਕਾਰੀਆਂ ਕਿਸੇ ਦੀ ਨਹੀਂ ਹੋਈਆਂ ਪਿੰਡ 'ਚ, ਉਹ ਤਾਂ ਸਿਰਫ ਇੱਕ ਬਹਾਨਾ ਸੀ ਤੇਰੇ ਤੋਂ ਇਹ ਪਤਾ ਕਰਨ ਦਾ ਵੀ ਆਪਣਾ ਘਰ ਵਾਲਾ ਸੋਨਾ ਧਰ ਕੇ ਆਈ ਹੈ ਕਿ ਜਿਹੜਾ ਤੁਸੀਂ ਉੱਥੋਂ ਲੈ ਕੇ ਆਈਆਂ ਉਹਦੇ ਪਿੰਡੋਂ, ਉਹ ਧਰ ਕੇ ਆਈ ਹੋਈਆਂ ਸੁਨਹਿਰਾ ਕੋਲੇ। ਨਾ ਪਿੰਡੋ ਲੈਣ ਅਸੀਂ ਕਿਹੜਾ ਚੋਰੀਆਂ ਕਰਦੇ ਫਿਰਦੇ ਆਂਗੇ, ਚੋਰੀਆਂ ਕਰਦੇ ਉਹ ਤੁਹਾਨੂੰ ਪਤਾ ਹੋਊਗਾ, ਚੋਰੀ ਕਰੀਏ ਕਿ ਕੋਈ ਸਾਂਭ ਕੇ ਰੱਖਿਆ ਹੈਗਾ। ਲੈ ਮਾ ਦੇਖ ਲਾ ਲੈ ਪਿੰਡੋ ਪੁੱਤ, ਉਹੀ ਗੱਲ ਘਰੋਂ ਕਿਆ ਨਿਕਲਦੀ ਜੇ 10-10 ਤੋਲੇ ਤਾਂ ਕਿ ਥੋੜੇ ਹੁੰਦੇ ਆਪਦੇ ਲੈ ਕੇ ਨਾ ਬਹਿ ਜਾਂਦੇ ਘਰੇ। ਇਹੀ ਤਾਂ ਮਾਂ ਮੈਂ ਤੇਰੇ ਸਮਝਦਾਰੀ ਨਹੀਂ ਮੰਨਦਾ, ਜੇ ਤੂੰ ਆ ਉਹੀ ਆਪਦੇ ਪੁੱਤਾਂ ਨੂੰ 10-10 ਤੋਲੇ ਦਿੱਤੇ ਹੁੰਦੇ ਤਾਂ ਤੈਨੂੰ ਇੱਥੇ ਆ ਕੇ ਨਾ ਬੈਠਣਾ ਪੈਂਦਾ। ਇਹ ਤਾਂ ਮੇਰੇ ਨਹੀਂ ਦਿਮਾਗ ਨੇ ਕੰਮ ਕੀਤਾ, ਜਿਹੜਾ ਸਮਝ ਤੈਨੂੰ ਇੱਥੇ ਨਾਲ ਲਿਆਂਦਾ। ਜੇ ਮੈਨੂੰ ਕਿਤੇ ਪਤਾ ਪਤਾ ਲੱਗ ਗਿਆ ਸੀ, ਮੈਂ ਕਿਹੜਾ ਕਿਹਾ ਸੀਗਾ ਆਪੀ ਤੂੰ ਆਪੀ ਕਹਿ ਕੇ ਆਇਆ ਕਿ ਮਾਂ ਨੂੰ ਲੈ ਕੇ ਆਈ ਨਾਲ, ਮੈਂ ਤਾਂ ਲੈ ਕੇ ਆਈ ਹਾਂ, ਮੈਨੂੰ ਫਿਰ ਉਹ ਗੱਲ ਕਰਤੀ ਹੈ ਕਿ ਜਮਾਈ ਦਾ ਕੀ ਪਤਾ ਕਾਲੇ ਨਾਲ ਆਈ ਸੀ, ਕਾਲੇ ਨਾਲ ਘੱਟ ਸੋਨਾ ਤਾਂ ਉਹਨਾਂ ਨੂੰ ਫੜਾਇਆ ਆਉਂਦੀ। ਸੋਨਾ ਨੂੰ ਕਿਹੜਾ ਮੇਰੇ ਉਹਨਾਂ ਨੇ ਹੱਥ ਤੇ ਦੇ ਕੇ ਤੋਰਿਆ ਸੀਗਾ ਵੀ ਮੈਨੂੰ ਉਹਨਾਂ ਨੇ ਹੱਥ ਤੇ ਧਰਿਆ ਸੀ ਸੋਨਾ। ਕੋਲੇ ਕਿਵੇਂ ਪਹੁੰਚ ਗਿਆ ਸੁਨਿਆਰ, ਕਿਵੇਂ ਕੋਲੇ ਕਿਵੇਂ ਪਹੁੰਚ ਗਿਆ? ਇਹੋ ਜੀ ਤਾਂ ਕੋਈ ਗੱਲ ਨਹੀਂ ਪੁੱਤ। ਮਾਂ ਹਜੇ ਵੀ ਕਿਉਂ ਇਹਦੀਆਂ ਗਲਤੀਆਂ ਤੇ ਪਰਦਾ ਪਾਈ ਜਾਂਦੇ ਆ, ਨਾਲੇ ਤੁਹਾਡੀ ਦੋਨੇ ਮਾਵਾਂ ਧੀਆਂ ਦੀ ਰਲੀ ਹੋਈ ਹੈਗੀ ਗੱਲ ਇਹ, ਹਜੇ ਵੀ ਤੁਸੀਂ ਗੱਲ ਤੇ ਆਉਣਾ ਨਹੀਂ ਹਨਾ ਉਹਦੇ ਤੇ, ਜਦੋਂ ਮੈਂ ਲਿਆ ਕੇ ਤੁਹਾਡੇ ਮੂਹਰੇ ਪ੍ਰੂਫ ਦਿਖਾ ਤੇ, ਜਿਹੜੀ ਦੁਕਾਨ 'ਚ ਗਈ ਸੀ ਅਗਲੇ ਦੇ ਕੀ ਕੈਮਰੇ ਨਹੀਂ ਲੱਗੇ ਹੋਏ ਦੁਕਾਨ 'ਚ, 2 ਮਿੰਟਾਂ 'ਚ ਪ੍ਰੂਫ ਕਢਾ ਕੇ ਦਿਖਾ ਦੂੰਗਾ ਤੈਨੂੰ ਮੈਂ ਇੱਥੇ ਵੀ ਸੋਨਾ ਧਰ ਕੇ ਆਈ ਕਿ ਨਹੀਂ, ਨਾਲੇ 3 ਲੱਖ ਰੁਪਇਆ ਲੈ ਕੇ ਆਈ ਉਹਦੇ ਤੋਂ। ਨਾਲੇ ਫੇਰ ਮੇਰੀ ਗੱਲ ਸੁਣੋ, ਇਹਦੇ ਵਿੱਚ ਕੀ ਹੈਗਾ, ਸੋਨਾ ਤਾਂ ਮਾਂ ਦਾ ਹੀ ਸੀ, ਤੁਹਾਡਾ ਤਾਂ ਨਹੀਂ ਸੀਗਾ, ਜੇ ਧਰਾ ਦੇ ਮਾਂ ਨੇ ਧਰਾਇਆ ਮੈਂ ਧਰਾਉਣਾ ਸੀ, ਮੈਨੂੰ ਕਾਹਦੇ ਵਾਸਤੇ ਉੱਥੇ ਬੁਰਾ ਪਾਉਣਾ ਸੀਗਾ? ਫਿਰ ਮੈਂ ਤਾਂ ਅਗਲੇ ਨੂੰ ਕਹਿ ਦਿੰਦਾ ਭਾਈ ਤੁਹਾਡਾ ਸੋਨਾ ਤੁਸੀਂ ਆਪਦੇ ਕੋਲੇ ਰੱਖੋ, ਮੈਨੂੰ ਕੀ ਲੋੜ ਪੈਂਦੀ ਸੀ ਉੱਥੇ ਜਾ ਕੇ ਅਗਲੇ ਨਾਲ ਲੜ ਕੇ ਆਉਣ ਦੀ? ਨਾ ਲੜਦਾ ਸੀ ਕਿਹੜਾ, ਤੁਹਾਨੂੰ ਕਿਹਾ ਸੀ ਮਾਂ ਦਾ 100 ਪਰਦਾ ਹੁੰਦਾ, ਤੂੰ ਕਿਉਂ ਸਾਡੇ ਪਰਦੇ ਚੱਕਦਾ? ਉਹ ਮਾਂ ਐਡੇ ਐਡੇ ਪਰਦੇ ਨਹੀਂ ਹੁੰਦੇਗੇ, ਜਿਹੜਾ 2 ਭਰਾਵਾਂ ਨੂੰ ਆਪਸ ਵਿੱਚ ਲੜਵਾ ਦੇ, ਅੱਡ ਕਰਾ ਕੇ ਬਿਠਾ ਦੇ, ਇਹ ਵੀ ਕੋਈ ਪਰਦੇ ਹੁੰਦੇ ਆ? ਅਸੀਂ ਕਿਹੜਾ ਅੱਡ ਕਰਾਇਆ, ਚੰਗੇ ਕੰਮਾਂ ਵਾਸਤੇ ਰੱਖੇ ਜਾਂਦੇ ਹੁੰਦੇ, ਮਾੜਿਆਂ ਵਾਸਤੇ ਨਹੀਂ। ਨਾਲੇ ਤੈਨੂੰ ਇਸ ਘਰ 'ਚ ਕਿਹੜੀ ਚੀਜ਼ ਦੀ ਘਾਟ ਰਹਿਣ ਦਿੱਤੀ ਸੀ ਜਿਹੜਾ ਤੈਨੂੰ ਮਾਂ ਦੇ ਨਾਲ ਰਲ ਕੇ? ਇਹਦਾ ਤਾਂ ਕੋਈ ਰਲਾ ਹੀ ਨਹੀਂ ਪੁੱਤ, ਸੋਨਾ ਮੇਰਾ, ਮੇਰਾ ਤਾਂ ਕੋਈ ਹੋ ਨਹੀਂ, ਮਾਂ ਦਾ ਸੋਨਾ ਨਾਲੇ ਮੇਰੇ ਕੋਲੇ ਕਿਸੇ ਚੀਜ਼ ਦੀ ਘਾਟ ਆ? ਮੇਰੇ ਕੋਲੇ ਸਾਰਾ ਕੁਝ ਆ, ਹੁਣ ਮੈਨੂੰ ਮਾਂ ਨੇ ਕਹਿਤਾ ਤਾਂ ਮੈਂ ਧਰਿਆ ਹੀ ਆ, ਇਹ 'ਚ ਕੀ ਗੱਲ ਆ ਗਈ? ਫਿਰ ਬਗਾਨੇ ਤਾਂ ਨਹੀਂ ਕਿਸੇ ਨੂੰ ਫੜਾਇਆ, ਧੀ ਨੂੰ ਫੜਾਉ ਜਾਂ ਪੁੱਤ ਨੂੰ ਫੜਾਉ? ਪੁੱਤ ਨੂੰ ਫੜਾ ਦਿੰਦੀ ਜਿਹਨੂੰ ਲੋੜ ਸੀਗੀ, ਜਿਹਨਾਂ ਨੇ ਘਰੋਂ ਵੜਦਾ ਪਹਿਲੇ ਸਰਦਾ ਵਰਦਾ ਉਹਨੂੰ ਫੜਾਉਣ ਦੀ ਕੀ ਲੋੜ ਸੀਗੀ? ਪੁੱਤਾਂ ਦੀਆਂ ਤਾਂ ਲੋੜਾਂ ਲੋਟ ਹੀ ਨਹੀਂ ਆਉਂਦੀਆਂ ਹੁੰਦੀਆਂ, ਮਾਂ ਜੇ ਆਉਂਦੀ ਤਾਂ ਹੱਥ ਫੜਾ ਲੇ। ਉਹ ਮਾਂ ਜੇ ਕਿ ਤੈਨੂੰ ਧੀ ਦਾ ਇੰਨਾ ਆਉਂਦਾ ਸੀਗਾ, ਆਈ ਗਈ ਨੂੰ ਕਿਤੇ ਸੂਟ ਲੈ ਕੇ ਦੇ ਜਾਂਦੀ, ਕੋਈ 100-500 ਰੁਪਇਆ ਦੇ ਜਾਂਦੀ, ਐਡੇ ਐਡੇ ਤੈਨੂੰ ਘਰੋਂ ਪਰਦੇ ਰੱਖਣ ਦੀ ਕੀ ਲੋੜ ਪੈਂਦੀ ਸੀਗੀ? ਵੇ ਪੁੱਤ ਇਹ ਕੀ ਦੱਬਦੀ ਆ ਮੇਰਾ, ਇਹ ਕੀ ਦੱਬਦੀ ਆ, ਦੇਉਂ ਤਾਂ ਪੁੱਤਾਂ ਨੂੰ ਉਹ। ਮਾਂ ਦੇਖ ਮੇਰੇ ਕੋਲ ਤਾਂ ਇਹ ਗੱਲ ਸਿੱਧੀ ਜੀ, ਮੇਰੇ ਨਾਲ ਤੁਸੀਂ ਹੁਣੇ ਚੱਲੋ ਤੇ ਨਾਲੇ ਤਾਂ ਤੁਸੀਂ ਮਾਫੀ ਮੰਗੋ ਤੇ ਨਾਲੇ ਮੈਂ ਵੀ ਉਹਨਾਂ ਤੋਂ ਮੰਨਦਾ ਹੈਗਾ। ਤੂੰ ਕਿਉਂ ਮਾਫੀ ਮੰਗੇ? ਕਿਉਂ ਮੰਗਣੀ ਪਊਗੀ, ਜਦੋਂ ਅਗਲੇ ਨੂੰ ਮਹੀਨਿਆਂ ਨਾਲ ਕੁਝ ਬੋਲ ਕੇ ਆਇਆ, ਅਗਲੇ ਨੂੰ ਗਲਤ ਠਹਿਰਾ ਕੇ ਆਇਆ ਹੈਗਾ ਮੈਂ, ਜਦੋਂ ਕੀ ਗਲਤ ਤਾਂ ਮੈਂ ਆਪ ਆਏਗਾ ਉਹਨਾਂ ਦੇ ਮੂੰਹ। ਮੈਂ ਮੇਰੇ ਪੁੱਤਾਂ ਤੋਂ ਆਪ ਹੀ ਮਾਫੀ ਮੰਗ ਲੂ, ਤੈਨੂੰ ਕੀ ਲੋੜ ਪਈ ਹੈ ਮਾਫੀ ਮੰਗਣ ਦੀ? ਮਾਂ ਮੈਂ ਵੀ ਇਹ ਦੁਬਾਰ 'ਚ ਸਾਰੀ ਉਮਰ ਉਹਨਾਂ ਦੇ ਮੂੰਹ ਮੱਥੇ ਲੱਗਦੇ ਰਹਿਣਾ, ਮਾਫੀ ਤਾਂ ਮੈਨੂੰ ਹੀ ਮੰਗਣੀ ਪਊਗੀ। ਚੰਗੀਆਂ ਹੋ ਗਈਆਂ ਤੁਸੀਂ ਨਾਲ ਜਾ ਕੇ ਮੰਗ ਲੋਗੀਆਂ, ਮੈਨੂੰ ਘੱਟ ਬੇਇੱਜ਼ਤੀ ਮਹਿਸੂਸ ਹੋਊਗੀ। ਸਹੀ ਗੱਲ ਆ ਮਾਂ, ਮੈਂ ਵੀ ਨਾ ਵੀਰੇ ਹੋਣਾ ਤੋਂ ਗਲਤੀ ਮੰਨ ਕਿਉਂਕਿ ਆਇਆ, ਜੇ ਅੱਜ ਗਲਤੀ ਮੰਨਦੀ ਕੱਲ੍ਹ ਨੂੰ ਸਾਰੀ ਉਮਰ ਮੈਂ ਆਉਂਦੀ ਜਾਂਦੀ ਰਹਿ ਜੂੰਗੀ।
ਨਹੀਂ ਤਾਂ ਮੇਰਾ ਰਿਸ਼ਤਾ ਟੁੱਟ ਜਾਊਗਾ ਉਹਨਾਂ ਨਾਲ ਭਰਾਵਾਂ ਨਾਲ। ਕੋਈ ਨਾ, ਜਿਹੜੇ ਪੈਸੇ ਤੁਹਾਨੂੰ ਮੈਂ ਲਿਆ ਕੇ ਫੜਾਏ ਸੀ ਉਹ ਮੈਂ ਪ੍ਰਗਟ ਨੂੰ ਫੜਾ ਦਿੰਦੀ ਆ, ਇਹਨਾਂ ਨੂੰ ਫੜਾ ਆਵਾਂਗੇ। ਚੰਗੀਆਂ ਰਹੂੰਗੀਆਂ ਤਾਂ ਜੇ ਉਹਨਾਂ ਨਾਲ ਵਰਤਦੇ ਰਹਿਣਾ ਹੈਗਾ, ਬਾਕੀ ਸਿਰੇ ਜੇ ਉਹਨਾਂ ਨਾਲ ਨਹੀਂ ਰਹਿਣਾ ਤਾਂ ਇਸ ਘਰ ਦੇ ਵਿੱਚ ਵੀ ਤੁਹਾਡੇ ਦੋਨਾਂ ਲਈ ਕੋਈ ਦਾ ਨਹੀਂ ਹੈਗਾ। ਹੁਣ ਇਸੇ ਘਰ ਚੋਂ ਬਾਹਰ ਵੱਜ ਜਾਓ ਜੇ ਸਿਆਉਣਾ ਆਪਦੇ ਕੋਲੇ ਰੱਖਣਾ ਤੁਸੀਂ। ਓਹੋ, ਮੈਂ ਕਹਿ ਤਾਂ ਦਿੱਤਾ ਵੀ ਕੋਈ ਗੱਲ ਨਹੀਂ, ਸੋਨਾ ਵੇਚ ਕੇ ਮੈਂ ਪੈਸੇ ਲੈ ਕੇ ਆਈ ਸੀ, ਪੈਸੇ ਮਾਂ ਕੋਲੇ ਪਏ ਆ, ਤੁਸੀਂ ਫੜ ਕੇ ਲੈ ਜਾਓ, ਇਹ ਚ ਕੀ ਗੱਲ ਆ ਗਈ? ਲੈ ਜਾਓ ਨਹੀਂ, ਨਾਲ ਚੱਲੋ ਮੇਰੇ। ਕੋਈ ਗੱਲ ਨਹੀਂ, ਅਸੀਂ ਨਾਲ ਵੀ ਚੱਲ ਚੱਲ ਮਾਂ, ਤੇ ਮਾਪੇ ਤੁਸੀਂ ਵੀ ਉਹਨਾਂ ਤੋਂ ਮੰਗਿਓ ਹੁਣ। ਉਹਨਾਂ ਤੋਂ ਮਾਫੀ ਤਾਂ ਮੰਗ ਲਓ ਪੁੱਤ, ਸੁਨਿਆਰਾਂ ਦੇ ਨਹੀਂ ਮੈਂ ਜਾਂਦੀ। ਕੋਈ ਗੱਲ ਨਹੀਂ ਮਾਂ, ਸੁਨਿਆਰਾਂ ਦੇ ਤੂੰ ਨਾ ਜਾਈ, ਬਾਹਰ ਖੜ ਜੀ, ਪਰ ਇਹਨੂੰ ਤਾਂ ਮੈਂ ਨਾਲ ਲੈ ਕੇ ਜਾਊਂਗਾ ਨਾ ਜਿਹੜਾ ਸੁਨਿਆਰਾ ਕੋਲੇ ਧਰ ਕੇ ਆਈ ਹੈ। ਲੋੜ ਆ ਤੁਸੀਂ ਦੋਨੇ ਹੀ ਵਗ ਜਾਓ ਮਾਂ। ਹੁਣ ਕੇਰਾਂ ਜਿੱਥੋਂ ਸਿਆਉਣਾ ਫੜ ਲਿਆ, ਸਿਆਉਣਾ ਫੜ ਕੇ ਦੁਬਾਰੇ ਇਸ ਘਰੇ ਨਹੀਂ ਆਉਂਦੇ, ਸਿੱਧਾ ਹੁਣ ਉੱਥੇ ਜਾਣਾ ਜਿਹਦਾ ਸਿਆਉਣਾ ਬਣਦਾ, ਉਹਦਾ ਹੱਕ ਹੀ ਦੇਣਾ ਉਹਨਾਂ ਨੂੰ। ਚੱਲ ਮਾਂ ਆਪਾਂ ਚੱਲਦੇ ਆ, ਤਿੰਨੇ ਹੀ ਚੱਲਦੇ ਆ, ਕੋਈ ਨਾ ਮੈਂ ਜਲਦੀ ਜਾਊਂਗੀ ਅੰਦਰ ਸੁਨਿਆਰ੾ ਦਾ ਪੈਸੇ ਚੱਕ ਲਿਆ ਨਹੀਂ ਮੈਂ। ਠੀਕ ਆ, ਲਿਆਉਂਦੀ ਆ। ਚੱਲ ਭਾਈ ਅੰਦਰ ਚੱਕ ਲੈ ਜਿਹੜੇ ਸਾਹਮਣੇ ਨੇ। ਚੱਲ ਮਾਂ ਤੂੰ ਵੀ ਨਾਲ, ਹੁਣ ਨਾਲ ਨਹੀਂ ਮੈਂ ਜਾਂਦੀ, ਮੈਂ ਘਰੇ ਬੈਠੂ, ਤੁਸੀਂ ਲਿਆਓ। ਨਹੀਂ ਮਾਂ ਘਰੇ ਨਹੀਂ ਰਹਿਣਾ ਹੁਣ, ਹੁਣ ਤਾਂ ਜਿੰਨਾ ਟਾਈਮ ਸਿਆਉਣਾ ਜਿਹਦਾ ਹੈਗਾ ਉਹਦੇ ਹੱਥਾਂ 'ਚ ਪੋਪੜ ਦੇਣੀ ਨਾ, ਉਹਨਾਂ ਟਾਈਮ ਇਸ ਘਰੇ ਤੁਸੀਂ ਵੀ ਨਹੀਂ ਪੈਰ ਪਾਉਣਾ। ਚੱਲੋ ਮੇਰੇ ਨਾਲ, ਚੱਲ ਭਾਈ ਬਾਗ ਚੱਲਦੇ ਆ। ਭੈਣੇ ਆ ਦਵਾਈ ਨਾਲ ਤਾਂ ਤੂੰ ਠੀਕ ਲੱਗਦੀ ਆ ਨਾ? ਹਾਂ, ਅੱਗੇ ਨਾਲ ਤਾਂ ਫਰਕ ਹੈ ਜੀ। ਤਾਂ ਤੇ ਅੱਜ ਨਾ ਤੇਰਾ ਬਾਈ ਖੇਤ ਵੀ ਨਹੀਂ ਗਿਆ, ਪਤਾ ਨਹੀਂ ਅੰਦਰ ਕੀ ਕਰੀ ਜਾਂਦਾ। ਤੇ ਕਿਆ ਹੋਊਗਾ, ਬਾਈ ਨੇ ਤਾਂ ਕੀ ਕਰਨਾ ਹੈਗਾ? ਨਹੀਂ, ਖੇਤ ਤਾਂ 100 ਕੰਮ ਹੁੰਦੇ, ਹੁਣ ਸਬਜ਼ੀ ਲਾਈ ਆ, ਉਹ ਚੋਂ ਕੱਖ ਕੁੱਖ ਕੱਢ ਦਿੰਦਾ। ਪਿਛਲੀ ਵਾਰ ਨਾ ਬੱਲਾਂ ਨੂੰ ਨਾ ਕੱਖਾਂ ਨੇ ਦੱਬ ਲਿਆ ਸੀ। ਠੰਡੇ ਹੋਏ ਜਾਊਗਾ ਫਿਰ, ਦੁਪਹਿਰੇ ਕਿੱਥੋਂ ਕੱਢਦਾ ਕੱਖ? ਹਾਂ, ਉਹ ਤਾਂ ਧੁੱਪ ਜੀ, ਧੁੱਪ ਪੈ ਗਈ ਹੁਣ। ਬੂਹਾ ਆਪਣੀ ਕੁੜੀ ਤੇ ਮਾਂ ਵਰਗੇ ਕਿਵੇਂ ਤੁਰੇ ਹੁੰਦੇ? ਹੋਰ ਠੀਕ ਹੋ ਬਾਈ? ਹੋਰ ਦੱਸੋ, ਹੈਪੀ ਹੋਰ ਕਿੱਧਰ ਗਏ? ਬਸ ਅੰਦਰ ਹੀ ਆ ਜੀ। ਹੈਪੀ ਵੀ ਜੀਵਨ ਜੀਵਨ ਮਾਂ ਇੱਥੇ ਕਿਸੇ ਮੁੰਡੇ ਕੋਲੇ ਗਿਆ ਹੋਇਆ। ਹੋਰ ਬਾਈ ਕੀ ਹਾਲ ਹੈ? ਬਾਈ ਅਸੀਂ ਕੱਲ ਇੱਥੇ ਬਹਿ ਜਾਂਦੇ ਬਾਈ। ਹੋਰ ਮਾਂ ਠੀਕ ਆ? ਬਾਈ ਕੀ ਹੋ ਗਿਆ ਵੀ? ਪਰ ਐ ਉਹ ਦੱਸ ਜੀ ਬੈਠੀ ਆ ਮੈਂ। ਨਾ ਹੋਇਆ ਤਾਂ ਕੁਝ ਨਹੀਂ ਭਾਬੀ, ਹੋਣਾ ਕੀ ਸੀਗਾ, ਇਹਨਾਂ ਨੂੰ ਗਲਤੀ ਦਾ ਪਛਤਾਵਾ ਹੋ ਗਿਆ ਜਿਹੜੀ ਇਹਨਾਂ ਨੇ ਬਹੁਤ ਵੱਡੀ ਕਰੀ ਸੀ। ਕੀ ਗਲਤੀ ਕਰਤੀ ਬਾਈ ਇਹਨਾਂ ਨੇ? ਹੁਣ ਤੁਸੀਂ ਆਪ ਹੀ ਦੱਸੋਗੇ ਕਿ ਮੈਂ ਦੱਸਾਂ ਇਹਨਾਂ ਨੂੰ? ਆ ਲੈ ਮਾਂ ਫੜਾ ਦੇ ਸੋਨਾ ਬਾਈ। ਆ ਚੱਕੋ ਬਾਈ ਜਿਹੜਾ ਤੁਹਾਡਾ ਬਣਦਾ ਸੋਨਾ ਹੈਗਾ। ਲੈ ਫੜ ਲੈ ਬਾਈ, ਗਲਤੀ ਹੋ ਗਈ ਮੈਥੋਂ। ਇਹ ਸੋਨਾ ਕਿਵੇਂ ਸਿਆਉਣਾ ਬਾਈ? ਜਿਹੜਾ ਤੁਸੀਂ ਕਹਿੰਦੇ ਸੀਗੇ ਆ ਕੇ ਇੱਥੋਂ ਮਾਂ ਕੋਲੇ ਸੀਗਾ ਸਿਆਉਣਾ, ਇਹ ਸਾਰਾ ਅਸਲੀ ਸੀਗਾ ਜਿਹੜਾ ਤੁਹਾਨੂੰ ਦਿਖਾਇਆ ਸੀ ਮਗਰੋਂ, ਨਾਲੇ ਮੈਨੂੰ ਦਿਖਾਇਆ ਸੀ ਉਦੋਂ, ਉਹ ਤਾਂ ਨਕਲੀ ਸਿਆਉਣਾ ਸੀਗਾ। ਅਸਲੀ ਤਾਂ ਇਹ ਇਹਨਾਂ ਨੇ ਦੋਨੇ ਮਾਵਾਂ ਧੀਆਂ ਨੇ ਪਹਿਲਾਂ ਹੀ ਗਾਇਬ ਕਰ ਲਿਆ ਸੀ ਆਪਦੇ ਕੋਲੇ। ਅੱਛਾ, ਆਹ ਸਿਆਉਣਾ ਉਹ? ਮੈਨੂੰ ਵੀ ਬਾਈ ਊਂ ਨਹੀਂ ਸੀ ਪਤਾ ਲੱਗਦਾ, ਜਦੋਂ ਮੇਰੇ ਕੋਲੇ ਇਹਨੇ ਵੀਰਪਾਲ ਜਾ ਕੇ ਉੱਥੇ ਸੁਨਿਆਰੇ ਦੇ ਧਰਿਆ ਸੀ ਤੇ ਮੇਰੇ ਕੋਲੇ ਸੁਨਿਆਰੇ ਨੇ ਕਰਤਾ ਫੋਨ, ਕਹਿੰਦਾ ਵੀ ਬਾਈ ਤੁਹਾਡੇ ਘਰੇ ਇੰਨਾ ਸਿਆਉਣਾ ਧਰ ਕੇ ਗਿਆ, ਕਹਿੰਦਾ ਤੁਹਾਨੂੰ ਪੈਸੇ ਟਕੇ ਦੀ ਲੋੜ ਹੈ। ਮੈਨੂੰ ਸ਼ੱਕ ਹੋਇਆ, ਮੈਂ ਕਿਹਾ ਸਾਡੇ ਘਰੇ ਇਹ ਜੀ ਕੀ ਲੋੜ ਪੈ ਗਈ? ਅੱਛਾ, ਹੋਰ ਕੀ ਹਾਲ ਆ ਬਾਈ ਜੀਵਨ? ਤੇ ਜਦੋਂ ਮੈਂ ਬਾਈ ਮੈਂ ਤਾਂ, ਤੇ ਤੂੰ ਕਿਵੇਂ? ਉਹ ਬਾਈ ਜੀ ਗੱਲ ਸੁਣ ਲੈ ਪਹਿਲਾਂ। ਕੋਈ ਗੱਲ ਨਹੀਂ ਬਾਈ, ਦੱਸ ਦਿੰਦਾ ਕਿਵੇਂ। ਬਹਿ ਜਾ ਤੂੰ ਵੀ ਸੁਣ, ਕੋਈ ਨਹੀਂ ਬਸ ਬੈਠੀ ਆ। ਕੋਈ ਨਹੀਂ ਕੋਈ ਨਹੀਂ ਬੈਠੀ ਆ, ਸੁਣਾ ਉਹੀ ਆ ਗਿਆ ਦਿਨ ਸਹੀ। ਤੇ ਜਦੋਂ ਮੈਂ ਜਾ ਕੇ ਉਹਦੇ ਕੋਲੇ ਸੁਨਿਆਰੇ ਕੋਲੇ ਮੈਂ ਗਿਆ, ਮੈਨੂੰ ਇਸ ਗੱਲ ਦਾ ਪਤਾ ਲੱਗਿਆ, ਫਿਰ ਮੈਂ ਘਰੇ ਆ ਕੇ ਵੀਰਪਾਲ ਨੂੰ ਕਿਹਾ। ਅੱਛਾ, ਪਹਿਲਾਂ ਤਾਂ ਮੈਨੂੰ ਆਏ ਸੀ ਮੈਂ ਚੱਲ ਕਿਤੇ ਆਪਣੇ ਘਰ ਵਾਲਾ ਸਿਆਉਣਾ ਨਾ ਧਰਿਆ ਹੀ ਹੋਵੇ ਉਹਦੇ ਕੋਲੇ। ਤੇ ਜਦੋਂ ਮੈਂ ਆ ਕੇ ਦੇਖਿਆ ਘਰ ਵਾਲਾ ਸਿਆਉਣਾ ਤਾਂ ਘਰੇ ਹੀ ਪਿਆ ਸੀ, ਫਿਰ ਮੈਨੂੰ ਉੱਥੋਂ ਸ਼ੱਕ ਪਿਆ। ਮੈਂ ਕਿਹਾ ਲੈ ਸਿਆਉਣਾ ਤਾਂ 10 ਤੋਲੇ ਉਹ ਹੈਗੇ ਜਿਹੜੇ ਉੱਥੋਂ ਮਾਂ ਲੈ ਕੇ ਆਈ ਹੈ।
ਇਹਨਾਂ ਦੋਨੇ ਜਾਣੇ ਤੇ ਰਲੀ ਮਿਲੀ ਹੋਈ ਸੀ ਗੱਲ ਬਾਈ, ਬੈਗ ਚੋਂ ਤਾਂ ਕੁਝ ਨਿਕਲਿਆ ਹੀ ਨਹੀਂ ਸੀ ਵੀਰੇ। ਭੈਣੇ ਇਹਦਾ ਤਾਂ ਨਹੀਂ ਮੈਨੂੰ ਪਤਾ, ਇਹ ਤਾਂ ਹੁਣ ਤੁਹਾਨੂੰ ਇਹੀ ਦੋਨੇ ਦੱਸਣਗੀਆਂ ਵੀ ਕਿਵੇਂ ਲੈ ਕੇ ਗਈਆਂ ਤੁਸੀਂ। ਵੀਰੇ ਅਸੀਂ ਤਾਂ ਇਹ ਸੋਚੀਏ ਕਿ ਤੇ ਤੂੰ ਗਿੱਜੇ 'ਚ ਪਾ ਕੇ ਲੈ ਗਿਆ ਕਿਤੇ। ਆਪਣੇ ਦਾ ਜਮਾ ਇਹਨਾਂ ਨੇ ਜਮਾ ਹੋਰ ਸਰਤੀ ਸੀ ਸਾਡੀ ਤਾਂ, ਇਹਨਾਂ ਕੋਈ ਗੱਲਬਾਤ ਹੁੰਦੀ ਕੀ ਗੱਲ ਹੋ ਜਾਂਦੀ ਕੋਈ ਮੰਨ ਕੇ ਆਪਣਾ ਨਾ ਕੋ ਤੂੰ ਮੈਂ ਹੋਏ। ਹਾਏ ਵੀਰੇ ਤੁਸੀਂ ਜਫਾ ਜਫੀ ਨਹੀਂ ਹੋਏ, ਅਸੀਂ ਸਰਪੰਚਾਂ ਕੋਲੇ ਤੁਰੇ ਫਿਰਦੇ ਆ, ਇਹ ਹੋਰ ਹੀ ਕੁਝ ਕਰਦੀਆਂ ਫਿਰਦੀਆਂ ਹੈਗੀਆਂ। ਆ ਲੈ ਫੜ ਲਓ ਸਿਆਣਾ ਦਾ, ਦੇਖ ਲਓ ਉਹੀ ਆ ਹੁਣ ਤੇਰੇ ਨਾਲ। ਬਾਈ ਪ੍ਰਗਟ, ਮੈਂ ਤੇਰੇ ਨਾਲ ਇੱਕ ਗੱਲ ਹੋਰ ਵੀ ਕਰਨੀ ਸੀ। ਸਾਨੂੰ ਇਸ ਗੱਲ ਦਾ ਵੀ ਪਤਾ ਲੱਗਿਆ ਵੀ ਵੀਰਪਾਲ ਬਾਰੇ ਜ਼ਮੀਨ ਦਾ ਹੱਲ ਕਰਦੀ ਫਿਰਦੀ ਹੈ। ਕਰਦਿਆਂ ਫਿਰਦਿਆਂ ਹੋਣਗੇ ਭੈਣੇ, ਕੋਈ ਵੱਡੀ ਗੱਲ ਨਹੀਂ, ਜਦੋਂ ਐਡਾ ਕਦਮ ਚੱਕ ਸਕਦੀ ਉਹ ਵੀ ਕਰ ਸਕਦੀ। ਵੀਰਪਾਲ ਤਾਂ ਕਿਤੇ ਨਹੀਂ ਗਈ ਭਾਈ, ਉਹ ਮਾਂ ਫਿਰ ਮੈਂ ਦੱਸ ਕੋਈ ਹੱਮ ਕਰਦੇ ਪਾਉਣ ਨੂੰ ਮੈਂ ਤੂੰ ਰਹਿਣ ਜਾ ਕੇ ਮੈਂ ਕੀ ਕਰਦੇ ਭਾਈ। ਆਹ ਇਹ ਗੱਲ ਸੁਣ ਭਾਬੀ, ਮੈਂ ਗਈ ਸੀ, ਫਿਰ ਕੀ ਹੋਇਆ, ਮੇਰੀ ਮਾਂ ਦੀ ਜ਼ਮੀਨ ਆ ਹੈ ਤੇ ਮੇਰਾ ਵੀ ਹਿੱਸਾ ਬਣਦਾ, ਫਿਰ ਕੀ ਹੋ ਗਿਆ ਜੇ ਮੈਂ ਜਾ ਵੜੀ। ਸਾਡੀ ਕਿਹੜਾ ਕੋਈ ਮਾਂ ਕੁਝ ਲੱਗਦੀ ਨਹੀਂ, ਤੁਸੀਂ ਤਾਂ ਮਾਂ ਨੂੰ ਸਿਆਣਦੇ ਵੀ ਨਹੀਂ ਹੈਗੇ। ਆਪਣੀ ਸਿਆਣਾ ਕੀ ਕਰੂਗੀ ਬਣਦਾ, ਹਜੇ ਵੀ ਤਾਂ ਉਹ ਚਿੱਕਲਾ ਰੱਖਦੀ ਆ ਬਾਈ, ਤੂੰ ਹੀ ਕੱਚਾ ਰਿਹਾ, ਤਲਾਕ ਦੇ ਕੇ ਪਰਾਂ ਕਰ, ਨਾ ਅਸੀਂ ਘਰੇ ਵੜ ਗਏ ਨਾ ਤੂੰ ਘਰੇ ਵੜ। ਲੈ ਦੱਸ ਹਜੇ ਵੀ ਮਾਫੀ ਨਹੀਂ ਮੰਗਦਾ, ਇਹ ਜਿਹਾ ਮੱਕਾ ਦਿੰਦੇ ਹੈਗੇ ਪੁੱਤਾਂ ਨੇ। ਹਾਂ ਹਜੇ ਤਾਂ ਮਾੜੀ ਮੋਟੀ ਤੂੰ ਸ਼ਰਮ ਮੰਨ ਲਾ ਬੋਲਣ ਉਹ ਲੱਗੀ ਇੱਥੇ। ਮੇਰੇ ਨਾਲੇ ਮੇਰੀ ਲੱਗ, ਤੇਰੇ ਵਿਆਹ ਦੇ ਕੋਈ ਕਸਰ ਛੱਡਦੀ ਜਿਹੜੀ ਹੁਣ ਤੂੰ ਜ਼ਮੀਨ ਨੂੰ ਖਿੱਚੀ ਜਾਣੀ ਹੈ। ਹਜੇ ਤੱਕ ਕਰਜ਼ਾ ਲਾਉਂਦੇ ਮਰ ਗਏ, ਜਿਹੜੀ ਚੀਜ਼ ਦੀ ਤੈਨੂੰ ਉੱਥੇ ਘਰ ਰਹਿਣ ਦਿੱਤੀ ਹੈਗੀ, ਜਿਹੜਾ ਤੂੰ ਇਹਨਾਂ ਦੀ ਜ਼ਮੀਨ ਤੇ ਅੱਖ ਰੱਖਦੀ ਹੈਗੀ। ਮੈਂ ਤਾਂ ਕੋਈ ਜ਼ਮੀਨ ਤੇ ਅੱਖ ਨਹੀਂ ਰੱਖੀ, ਉਹ ਤਾਂ ਮਾਂ ਨੇ ਕਹਿਤਾ ਸੀ ਤੈਨੂੰ ਪੁੱਤ, ਵੀ ਮੈਂ ਤਾਂ ਉਹਨਾਂ ਨੂੰ ਦੇਣੀ ਨਹੀਂ ਜਦੋਂ ਉਹਨਾਂ ਨੇ ਮੇਰੇ ਨਾਲ ਕੁਝ ਵੀ ਮੈਨੂੰ ਘਰੋਂ ਕੱਢਿਆਗਾ। ਹਾਂ ਵੀ ਮੈਨੂੰ ਘਰੋਂ ਕੱਢਿਆ, ਬਾਤ ਤੈਨੂੰ ਅਸੀਂ ਘਰੋਂ ਕਿਉਂ ਕੱਢਿਆ ਸੀ, ਐਡੇ ਕੰਮ ਤੁਸੀਂ ਕਰਤਾ ਘਰੋਂ ਅਸੀਂ ਕੱਢਿਆ ਹੈ। ਕੋਈ ਨਹੀਂ ਫਿਰ ਮੇਰਾ ਸਿਆਉਣਾ ਸੀ, ਇਹ ਤਾਂ ਉਲਟਾ ਚੋਰ ਕੀ ਕੋਤਵਾਲ ਤੋਂ ਡਾਟੇ ਉਹ ਗੱਲ ਹੋ ਗਈ। ਓਕੇ ਘਰੋਂ ਕੱਢੇ ਤੇਰਾ ਸੁਣਾ ਤੂੰ ਕੱਢ ਕੇ ਲੈ ਕੇ ਗਈ ਆ, ਹਰਪੀ ਦਾ ਸੁਣਾ ਸੀ ਉਹੀ ਗੱਲ ਮੈਂ ਸੋਨੂ ਦੀ ਸੁਣਾ ਸੀ। ਹੁਣ ਕਿਹੜਾ ਇਹਨੇ ਖਾ ਲਿਆ, ਮੈਂ ਸੋਨੂ ਦੀ ਖਾਈ ਲਿਆ ਸੀ, ਖਾ ਲਿਆ ਸੀ, ਕੋਈ ਕਸਰ ਰਹਿ ਗਈ ਸੀ ਸਿਆਰ ਦੇ ਉੱਤਰ ਆਏ ਸੀ ਭਾਈ, ਮੈਂ ਤਾਂ ਸਿਆਰ ਦੇ ਵੇਚਿਆ ਸੀ ਗਹਿਣੇ ਫਿਰ ਆਏ ਸੀ, ਹੁਣ ਹਜੇ ਕੋਈ ਕਸਰ ਚੋਰੀ ਚੋਰੀ ਜੱਪੇ ਤੋਂ ਡਰਦੇ ਹੋ, ਜੇ ਨਾ ਪਰਾਉਣੇ ਨੂੰ ਕੁਝ ਪਤਾ ਲੱਗਦਾ ਤੁਸੀਂ ਤਾਂ ਸਾਰਾ ਕੁਝ ਕਰਤਾ ਸੀ, ਹੁਣ ਤਾਂ ਸਪਾਈਆਂ ਪਾਓ ਨਾ ਪਾਓ ਤੁਸੀਂ ਤਾਂ ਕੋਈ ਕਸਰ ਨਹੀਂ ਛੱਡੀ। ਤੂੰ ਤਾਂ ਮਾਵਾਂ ਧੀਆਂ ਦਾ ਮਾੜੀਆਂ ਬਣਾ ਦਿੱਤੀਆਂ ਤੈਨੂੰ ਲਿਆ ਆ ਇਹਨਾਂ ਦੀ ਫਿਰ ਭਾਈ, ਅਸੀਂ ਇੱਥੇ ਮਾਫੀ ਮੰਗਣੀ ਆਇਆ ਤੇ ਰੌਲਾ ਪਾਉਣ ਦਾ ਵੀ ਆਇਆ ਐ, ਮੈਂ ਮਾਫੀ ਮੰਗੀ ਨਹੀਂ ਜਾਂਦੀ ਉਹਨੇ, ਤੁਸੀਂ ਮੰਗ ਜਿਓ ਚੱਲ ਛੱਡ ਪਰਾ ਕੁੜੀਏ, ਜਿਹੜਾ ਤੂੰ ਕੁਝ ਕਰਤਾ ਕਰਤਾ ਦੀ, ਅਸੀਂ ਤੇਰੇ ਵੱਲੋਂ ਮਰ ਗਏ ਤੂੰ ਸਾਡੇ ਵੱਲੋਂ ਮਰ ਗਈ ਤੇ ਤੂੰ ਆਪਦੇ ਘਰ ਹੀ ਸੁੱਖੀ ਰਹਿ, ਐਵੇਂ ਬਾਹਲੀਆਂ ਗੱਲਾਂ ਕਰਾਉਂਦਾ ਕੋਈ ਫਾਇਦਾ ਨਹੀਂ ਬਈ। ਜਦੋਂ ਛੋਡੇ ਤੋਂ ਨਹੀਂ ਮਾਫੀ ਮੰਗਦੀ ਲੈ ਕੇ ਉਹ, ਮੈਂ ਵੀ ਨਹੀਂ ਜਾਣਾ, ਮੈਂ ਵੀ ਫਿਰ ਆਪਦੇ ਇਕੱਲੇ। ਨਾ ਨਾ ਕੋਈ ਗੱਲ ਨਹੀਂ, ਪਰ ਇਹ ਅੱਜ ਤੋਂ ਬਾਅਦ ਜਦੋਂ ਇਹਨੂੰ ਕੋਈ ਸਾਥ ਹੋਇਆ ਤਾਂ ਵਰਤ ਲੂ ਵੀ ਨਹੀਂ, ਪਰ ਇਹਨੂੰ ਜਾਣ ਦੇ ਬਾਈ, ਇਹਦਾ ਤਾਂ ਸਵਾਲ ਹੀ ਨਹੀਂ। ਇਹ ਬਾਈ ਇਹ ਸਾਥ ਆ ਤਾਂ ਹੀ ਇੱਥੇ ਆਇਆ, ਹਾਂ ਦਵਾਈ ਪਾਣੀ ਛੋੜੇ ਆ ਕੇ ਪੈਰਾਂ 'ਚ ਡਿੱਗੇ। ਨਹੀਂ ਬਾਈ ਪ੍ਰਗਟ, ਮੇਰੀ ਗੱਲ ਵੀ ਸੁਣ ਵੀਰੇ, ਹੁਣ ਜਦੋਂ ਤੂੰ ਆਇਆ ਕਰੇਂਗਾ ਵੀਰਪਾਲ ਦੇ ਪੇਕੇ ਆ, ਵੇਖ ਪੇਕਿਆਂ ਨਾਲ ਤਾਂ ਧੀਆਂ ਦਾ ਸਾਥ ਟੁੱਟਦਾ ਨਹੀਂ ਹੁੰਦਾ, ਨਹੀਂ ਟੁੱਟਦਾ ਹੁੰਦਾ। ਤੂੰ ਬਾਈ ਇਹਨੂੰ ਨਾਲ ਹੀ ਲੈ ਆ ਜਾ ਕਰ, ਮਿਲਾ ਕੇ ਲੈ ਜਾ, ਲੈ ਜਾ ਕਰ, ਸਹੀ ਗੱਲ, ਇਹਦਾ ਸਵਾਈ ਇਹ ਜਾ ਬਾਈ। ਅੱਗੇ ਵੀ ਤੁਹਾਡੇ ਕੋਲ ਮਹੀਨਾ ਲਾ ਕੇ ਜਾਂਦੀ ਸੀ ਵੀ, ਬਸ ਕੋਈ ਨਾਲ ਹੀ ਲੈ ਜਾ ਕਰ। ਇੱਕ ਵਾਰੀ ਇਹਨੂੰ ਕੱਲੀ ਨੂੰ ਛੱਡਿਆ ਸੀ ਤਾਂ ਹੀ ਇੰਨਾ ਕੁਝ ਕਰਾ ਕੇ ਰੱਖਤਾ, ਜੇ ਮੈਂ ਉਦੋਂ ਹੀ ਨਾਲ ਲੈ ਕੇ ਮੁੜ ਗਿਆ ਹੁੰਦਾ ਨਾ ਇਹਨੂੰ ਜਿੱਦੇ ਵੰਡ ਵੰਡਾਇਆ ਹੁੰਦਾ ਸੀ, ਐਡਾ ਤੱਕ ਹੁਣ ਤੱਕ ਕਰਨ ਦੀ ਚੱਕਰ ਨਹੀਂ। ਮਾਂ ਮਾਂ ਦੀ ਧੀ ਦੇ ਮਾਂ ਆਖੇ ਲੱਗਦੀ ਹੁੰਦੀ ਆ ਭਾਈ, ਇਹ ਗਲਤ ਨਹੀਂ ਗੱਲ ਹੈ। ਓਏ ਐਂ ਨਹੀਂ ਹੁੰਦਾ ਵੀ ਮਾਂ ਮਾਂ ਦੀ ਘਰ ਹੀ ਪੱਟ ਦੋ ਕਿਸੇ ਦਾ, ਫੇਰ ਦੀ ਗੱਲ ਸੁਣ ਕੇ ਬੱਚੇ ਨਹੀਂ ਇਹ ਕੋਈ ਕਸ ਹੈ। ਅੱਛਾ ਮੈਂ ਲੈ ਕੇ ਤੁਹਾਨੂੰ ਫੜਾਤਾ ਘਰ, ਕੋਈ ਸਣੇ ਬਣਾਦਾ ਇਹ ਸਣ, ਤੇ ਰੰਗ ਲੈ ਕੇ ਪ੍ਰਾਉਣੇ ਤੇ ਫੜਾਤਾ ਫੜਾਤਾ, ਇਹ ਤੁਸੀਂ ਫੜਾਇਆ ਹੈ ਤਾਂ ਤੁਹਾਨੂੰ ਮਾਫੀ ਮੰਗ ਲੈਣੀ ਚਾਹੀਦੀ। ਓਏ ਭਾਈ ਇਹ ਮਾਫੀ ਮੰਗਦਾ ਨਹੀਂ, ਤੂੰ ਕਵੇਂ ਅਸੀਂ ਪੈਰੀ ਹੱਥ ਲਾ ਦਿੰਦੇ ਆ, ਤਾਂ ਹੀ ਤਾਂ ਮੰਗਦਾ ਪੈਣੇ ਮੈਂ ਪਾਪ ਪਾਪ ਚੜਾਉਂਦਾ ਕੋਈ ਫਾਇਦਾ ਨਹੀਂ, ਦੇਖ ਨਾ ਮੈਂ ਪੈਰੀ ਹੱਥ ਲਾਉਂਦਾ ਨਾ ਮੈਂ ਕੁਝ ਹੋਰ ਕਰਾਂ, ਤੁਸੀਂ ਜਿਵੇਂ ਜੀ ਸਕਦਾ ਤੂੰ ਆ ਜਾ ਕਰ, ਮਾਂ ਨੂੰ ਮਿਲ ਲਿਆ ਕਰ, ਆਪਣੇ ਤਾਂ ਅੱਜ ਤੋਂ ਬਾਅਦ ਆਪਣਾ ਰਿਸ਼ਤਾ ਕੱਟਣਾ, ਤੂੰ ਰੱਖਣਾ ਬਈ ਰੱਖ ਲੈ, ਕੋਈ ਗੱਲ ਨਹੀਂ ਤੂੰ ਠੰਡਾ ਰਹਿ, ਕੋਈ ਚੱਲ ਕੋਈ ਗੱਲ ਨਹੀਂ ਬਾਈ, ਤੂੰ ਗੁੱਸਾ ਨਾ ਕਰ, ਇਹਨਾਂ ਦਾ ਸਵਾਈ ਇਹ ਜਾਗਾ, ਤੇਰਾ ਘਰ ਪੱਟਿਆ ਜਾਊਗਾ ਦੁਬਾਰੇ ਜੁੜਨੇ ਨਹੀਂ। ਓਏ ਨਹੀਂ ਜੁੜ ਜਾਂਦਾ ਇਹ ਕਿਤੇ, ਬਸ ਕਰ ਬਸ ਕਰ, ਨਾ ਰੱਖੇ ਜਾਊ ਬਾਈ। ਪ੍ਰਗਟ ਮੇਰੀ ਗੱਲ ਸੁਣ, ਤੂੰ 2 ਦਿਨ ਲਾ ਕੇ ਜਾਣੇ ਹੁੰਦੇ ਆ, 2 ਲਾ ਜਾ ਕਰ, ਵੀਰਪਾਲ ਨੂੰ ਨਾਲ ਹੀ ਮਿਲਾ ਕੇ ਲੈ ਜਾ ਕਰ।
ਕੋਈ ਗੱਲ ਨੀ ਭੈਣੇ, ਮੇਰਾ ਤਾਂ ਵੈਸੇ ਇਰਾਦਾ ਇਹਨੂੰ ਨਾਲ ਲੈ ਕੇ ਆਉਣ ਦਾ ਵੀ ਹੈ ਨੀਗਾ। ਚੱਲ ਕੋਈ ਕੋਈ ਨਾ ਬਾਈ, ਗਲਤੀ ਬੰਦਿਆਂ ਤੋਂ ਹੀ ਹੁੰਦੀ ਹੈ। ਕੋਈ ਲੈ ਆ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਨਾਲੇ ਭੈੜੀਆਂ ਕਹੀ ਜਾਂਦੀਆਂ ਨੇ, ਮਿੱਠੀਆਂ ਮਿੱਠੀਆਂ ਕਰੀ ਜਾਂਦੀ ਹੈ। ਬਸ ਕਰ ਮਾਂ ਹੁਣ ਬਸ ਕਰ। ਚੱਲ ਕੋਈ ਨਾ ਮਾਂ, ਤੈਨੂੰ ਤੇਰੀ ਚੀਜ਼ ਮਿਲ ਗਈ, ਬਾੜੀਆਂ ਬਿਆਨਤਾ ਨਾ ਦੇ। ਚਲੋ ਬਸ, ਉਹ ਵੀ ਮਾਂ ਪ੍ਰਾਪਣੇ ਦੀ ਵਜ੍ਹਾ ਕਰਕੇ ਰੱਬ ਦਾ ਸ਼ੁਕਰ ਮਨਾਉਂਦੇ ਆ ਆਪਾਂ ਇੱਕ ਸੱਥ ਥੱਲੇ ਇਕੱਠੇ ਹੋ ਗਏ। ਹਾਂ ਹਾਂ ਬਸ ਚਲੋ ਬਈ, ਗਲਤ ਬੰਦੇ ਚਲ ਸ਼ੁਕਰ ਆ ਮੈਂ ਵੀ ਘਰੇ ਮੁੜ ਆਈ ਆਪਦੇ। ਬਸ ਸ਼ੁਕਰ ਚਲ।